ਆਬਾਦ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਫਰਮਾਨ ਕਰਦੇ ਨੇ, ਮਾਘ ਪੁਨੇਤ ਭਈ ਤੀਰਥ ਅੰਤਰ ਜਾਣੇ। ਅਸੀਂ ਅੰਤਰੀਵ ਤੀਰਥ ਨੂੰ ਜਾਣ ਲਿਆ, ਅੰਦਰ ਦੇ ਤੀਰਥ ਨੂੰ ਜਾਣ ਲਿਆ ਜੋ ਪਾਪਾਂ ਨੂੰ ਧੋ ਦਿੰਦਾ, ਦੁੱਖਾਂ ਨੂੰ ਮਿਟਾ ਦਿੰਦਾ, ਕਲ ਕਲੇਸ਼ ਨੂੰ ਮਿਟਾ ਦਿੰਦਾ, ਪੁਰਵਲੇ ਕੀਤੇ ਹੋਏ ਕਰਮਾਂ ਨੂੰ ਮਿਟਾ ਦਿੰਦਾ, ਧੋ ਦਿੰਦਾ। ਉਹ ਕਿਹੜਾ ਤੀਰਥ ਹੈ? ਸੁਣੇ ਹੈ, ਮਨੇ ਹੈ, ਮਨ ਕੀਤਾ ਭਾਉ। ਜੋ ਭੋਜਨ ਅਸੀਂ ਛਕਦੇ ਹਾਂ ਉਸਦਾ ਜਿਹੜਾ ਭਾਗ ਸਾਡੇ ਸਰੀਰ ਦੇ ਵਿੱਚ ਰਹਿ ਜਾਂਦਾ ਹੈ ਉਹੀ ਖੂਨ ਬਣਦਾ, ਉਹੀ ਮਾਸ ਬਣਦਾ, ਉਹੀ ਸਰੀਰ ਦੀ ਸ਼ਕਤੀ ਬਣਦਾ, ਉਹੀ ਇੰਦਰੀਆਂ ਦੀ ਸ਼ਕਤੀ ਬਣਦਾ। ਜੋ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਜਿਸ ਨੂੰ ਮਨ ਮੰਨ ਲੈਂਦਾ ਉਹ ਮਨ ਦਾ ਹਿੱਸਾ ਬਣ ਜਾਂਦਾ ਹੈ, ਬਾਕੀ ਵਿਅਰਥ ਚਲਾ ਜਾਂਦਾ, ਹਵਾ ਚ ਉੱਡ ਜਾਂਦਾ। ਸੁਣਿਆ ਹੋਇਆ ਹਵਾ ਚ ਉੱਡ ਗਿਆ। ਮੈਂ ਇੱਕ ਦਫ਼ਾ ਫਿਰ ਦੁਹਰਾਵਾਂ, ਇਹੀ ਦਲੀਲ ਹੈ। ਜੋ ਭੋਜਨ ਅਸੀਂ ਖਾਂਦੇ ਹਾਂ ਉਸਦਾ ਜਿਹੜਾ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ ਉਹੀ ਖੂਨ ਹੈ, ਉਹੀ ਮਿੰਜ ਹੈ, ਉਹੀ ਮਾਸ ਹੈ, ਉਹੀ ਸਰੀਰ ਦੀ ਸ਼ਕਤੀ ਹੈ। ਸਰੀਰ ਭੋਜਨ ਦਾ ਵਿਕਾਸ ਹੈ। ਮਾਂ ਬਾਪ ਦਾ ਖਾਧਾ ਹੋਇਆ ਭੋਜਨ ਰਕਤ ਬਿੰਦ। ਮਨੁੱਖੀ ਬੱਚਾ ਰਕਤ ਬਿੰਦ ਦਾ ਮੇਲ ਹੈ। ਫਿਰ ਇਹ ਦੁੱਧ ਪੀ ਰਿਹਾ, ਭੋਜਨ ਹੈ, ਭੋਜਨ ਦਾ ਵਿਕਾਸ ਇਹ ਸਰੀਰ ਹੈ, ਇਹ ਤਨ ਹੈ, ਭੋਜਨ ਦਾ ਹੀ ਵਿਕਾਸ ਹੈ। ਨਾ ਬੱਚੇ ਨੂੰ ਦੁੱਧ ਪਿਲਾਓ ਵਿਕਾਸ ਨਹੀਂ ਹੋਵੇ, ਨਾ ਬੰਦਾ ਭੋਜਨ ਛਕੇ ਨਹੀਂ ਜੀ ਸਕੇਗਾ। ਇੰਜ ਕਹਿੰਦੇ ਨੇ ਸਰੀਰ ਹੈ ਹੀ ਭੋਜਨ, ਬਾਬਾ ਫਰੀਦ ਇੰਜ ਕਹਿੰਦੇ ਨੇ, ਸਾਡੇ ਤ੍ਰੈ ਮਣ ਦੇ ਹੋਰੀ ਚੱਲੇ ਪਾਣੀ ਅੰਨ। ਬਾਬਾ ਫਰੀਦ ਇਹ ਅੰਨ ਪਾਣੀ ਦਾ ਪੁਤਲਾ ਹੈ। ਮੈਂ ਅੰਨ ਦਾ ਤਿਆਗੀ ਹਾਂ, ਅੰਨ ਦਾ ਤਿਆਗੀ ਹਾਂ, ਐਸਾ ਕੋਈ ਨਾਰਾ ਲਾਵੇ, ਕਬੀਰ ਕਹਿੰਦੇ ਨੇ ਬਸ ਇਹੀ ਪਖੰਡੀ ਹੈ। ਅੰਨ ਛੋੜ ਕਰੇ ਪਾਖੰਡ, ਨਾ ਸੋਹਾਗਣ ਨਾ ਔਰਣ। ਸ੍ਰੀ ਕਬੀਰ, ਕਿਉਂਕਿ ਤਨ ਇਹ ਤਾਂ ਹੈ ਹੀ ਭੋਜਨ ਦਾ ਪੁਤਲਾ, ਅੰਨ ਨਹੀਂ ਖਾਂਦਾ, ਕੁਝ ਹੋਰ ਖਾਏਗਾ, ਕੁਝ ਹੋਰ ਪੀਏ। ਤਨ ਦਾ ਵਿਕਾਸ ਭੋਜਨ ਦਾ ਵਿਕਾਸ ਹੈ। ਤਨ ਦੀ ਹੋਂਦ ਭੋਜਨ ਦੀ ਹੋਂਦ। ਕਿਹੜਾ ਭੋਜਨ ਜੋ ਖਾਧਾ ਹੋਇਆ ਸਰੀਰ ਦੇ ਵਿੱਚ ਰਹਿ ਗਿਆ ਉਹੀ ਖੂਨ ਬਣਦਾ, ਉਹੀ ਮਿੰਜ ਬਣਦਾ, ਉਹੀ ਮਾਸ ਬਣਦਾ। ਸਤਸੰਗ ਵਿੱਚ ਜੋ ਅਸੀਂ ਸੁਣਦੇ ਹਾਂ, ਜਿਸ ਨੂੰ ਮਨ ਮੰਨ ਲੈਂਦਾ ਉਹੀ ਸਾਡੇ ਮਨ ਦਾ ਹਿੱਸਾ ਬਣਦਾ, ਬਾਕੀ ਨਹੀਂ ਬਣਦਾ, ਬਾਕੀ ਸੁਣਿਆ ਹੋਇਆ ਹਵਾ 'ਚ ਉੱਡ ਗਿਆ, ਬਾਕੀ ਸੁਣਿਆ ਹੋਇਆ ਬਾਹਰ ਰਹਿ ਗਿਆ, ਬਾਕੀ ਸੁਣਿਆ ਹੋਇਆ ਸਾਡੇ ਲਈ ਕੋਈ ਲਾਭ
ਕਾਰੀ ਨਾ ਹੋਇਆ, ਕਿਉਂਕਿ ਮਨ ਨੇ ਤਾਂ ਮੰਨਿਆ ਨਹੀਂ, ਮਨ ਦਾ ਹਿੱਸਾ ਨਹੀਂ ਬਣੇ। ਇੱਕ ਦਫਾ ਮੈਂ ਫਿਰ ਦੁਹਰਾ ਕੇ ਅਗਾਂਹ ਵਧਾ, ਜੋ ਕੁਛ ਅਸੀਂ ਜੀਵਨ ਭਰ ਚੱਖਦੇ ਹਾਂ, ਭੋਜਨ ਖਾਂਦੇ ਹਾਂ, ਉਸਦਾ ਜਿਹੜਾ ਭਾਗ ਸਾਡੇ ਸਰੀਰ ਦੇ 'ਚ ਰਹਿ ਜਾਂਦਾ ਹੈ ਉਹੀ ਖੂਨ ਹੈ, ਹੋਰ ਕੁਛ ਵੀ ਖੂਨ ਨਹੀਂ ਹੈ, ਉਹੀ ਖੂਨ ਹੈ, ਉਹੀ ਚਰਬੀ ਹੈ, ਉਹੀ ਮਾਸ ਹੈ, ਉਹੀ ਸਰੀਰ ਦੀ ਤਵਾਨਾਈ ਹੈ, ਸ਼ਕਤੀ ਹੈ। ਜੋ ਅਸੀਂ ਸੁਣਦੇ ਹਾਂ, ਜੋ ਜੋ ਸੁਣਦੇ ਹਾਂ, ਜਿਸਨੂੰ ਮਨ ਮੰਨ ਲੈਂਦਾ ਹੈ ਉਹ ਸਾਡੇ ਮਨ ਦਾ ਹਿੱਸਾ ਬਣਦਾ, ਬਾਕੀ ਨਹੀਂ ਬਣ, ਨਹੀਂ ਬਣ, ਬਾਕੀ ਸੁਣਿਆ ਹੋਇਆ ਹਵਾ 'ਚ ਉੱਡ ਗਿਆ। ਅਕਸਰ ਮਨੁੱਖ ਕਹਿ ਦਿੰਦਾ ਸੁਣਿਆ ਤਾਂ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ, ਅਕਸਰ ਕਹਿ ਦਿੰਦਾ। ਵੇਖਿਆ ਤਾਂ ਹੈ ਮਨ ਨਹੀਂ ਮੰਨਦਾ, ਪੜ੍ਹਿਆ ਤਾਂ ਹੈ ਮਨ ਨਹੀਂ ਮੰਨਦਾ, ਤਾਂ ਫਿਰ ਪੜ੍ਹਿਆ ਹੋਇਆ ਮਨ ਦਾ ਹਿੱਸਾ ਨਹੀਂ ਬਣੇਗਾ, ਸੁਣਿਆ ਹੋਇਆ ਮਨ ਦਾ ਹਿੱਸਾ ਨਹੀਂ ਬਣੇਗਾ, ਕਿਉਂਕਿ ਮਨ ਮੰਨਦਾ ਨਹੀਂ। ਧਰਮ ਦੀ ਪਹਿਲੀ ਸਾਧਨਾ ਸੁਣਨ 'ਤੇ ਖੜੀ ਹੈ, ਸੁਣਨ, ਸੁਣੀਏ, ਮੰਨੀਏ, ਮਨ ਕੀਤਾ। ਇਹਨੂੰ ਉਪਨਿਸ਼ਦਾਂ ਦੇ ਰਿਸ਼ੀ ਇੰਜ ਕਹਿੰਦੇ ਨੇ, ਸੁਤੁਆ ਧਰਮੰ ਵਿਜਾਨਾਤੀ, ਸਰਵਨ ਕਰਨੇ ਸੇ ਹੀ ਧਰਮ ਕੀ ਪ੍ਰਾਪਤੀ ਹੈ, ਇੰਜ ਕਹਿੰਦੇ ਆ। ਸੁਣਨਾ ਮੋੜ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਸ ਦੇ ਉੱਤੇ ਚਾਰ ਪੌੜੀਆਂ ਉਚਾਰਨ ਕਰਨੀਆਂ ਪਈਆਂ। ਸੁਣੀਏ ਸਿੱਧ ਪੀਰ ਸੁਣਨਾ, ਕਿਸੇ ਨੇ ਸੁਣਿਆ, ਸੁਣਿਆ ਹੋਇਆ ਮੰਨ ਲਿਆ, ਸਿੱਧ ਬਣ ਗਿਆ, ਨਾਥ ਬਣ ਗਿਆ। ਸੁਣੀਏ ਸਿੱਧ ਪੀਰ ਸੁਣਨਾ, ਕੋਈ ਪੀਰ ਬਣ ਗਿਆ, ਕੋਈ ਸੰਤ ਬਣ ਗਿਆ। ਸੁਣਨ ਦੀ ਇਤਨੀ ਵੱਡੀ ਮਹਿਮਾ ਇੱਕ ਪੌੜੀ ਨਹੀਂ, ਚਾਰ, ਔਰ ਹਰ ਪੌੜੀ ਵਿੱਚ ਨਵੇਂ ਤੋਂ ਨਵੇਂ ਰੂਪ ਦਿੱਤੇ ਨੇ। ਸੁਣੀਏ ਈਸਰ ਬਰਮਾ ਇੰਦ, ਸੁਣੀਏ ਮੋਖ ਸਲਾਹਨ ਮਨ, ਸੁਣ ਸੁਣ ਕੇ ਕੋਈ ਬ੍ਰਹਮੇ ਜੈਸਾ ਵਿਦਵਾਨ ਬਣਿਆ, ਸੁਣ ਸੁਣ ਕੇ ਹੀ ਕੋਈ ਸਤੋ ਗੁਣੀ ਵਿਸ਼ਨੂੰ ਬਣਿਆ, ਸੁਣ ਸੁਣ ਕੇ ਹੀ ਕੋਈ ਭੋਲਾ ਸ਼ੰਕਰ ਬਣਿਆ, ਸ਼ਿਵਜੀ ਬਣੇ। ਸਾਰੀ ਇਹ ਉੱਚ ਪਦਵੀਆਂ ਧਰਮ ਦੀਆਂ ਸੁਣਨ 'ਤੇ ਖੜੀਆਂ। ਸੁਣੀਏ ਸਤਸੰਤੋਖ ਗਿਆਨ, ਕਿਸੇ ਨੇ ਸੁਣਿਆ, ਮੰਨ ਲਿਆ, ਉਹੀ ਸਤ ਬਣਿਆ, ਉੱਚਾ ਆਚਰਣ ਬਣ ਗਿਆ, ਉਹੀ ਸੰਤੋਖ ਬਣ ਗਿਆ, ਉਹੀ ਸਬਰ ਬਣ ਗਿਆ। ਉਸ ਸੁਣਨ ਨੇ ਇਤਨਾ ਪਵਿੱਤਰ ਕਰ ਦਿੱਤਾ ਹੈ ਕਿ 68 ਤੀਰਥ ਇਸ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ, ਸਦਕੇ ਕੀਤੇ ਜਾ ਸਕਦੇ। ਫਿਰ ਚੌਥੀ 'ਚ ਕਹਿੰਦੇ ਨੇ, ਸੁਣੀਏ ਸਾਰਾ ਗੁਰਾ ਕਹੇਗਾ, ਸੁਣੀਏ ਸੇਖ ਪੀਰ ਪਾਤਸ਼ਾਹ,
ਸੁਣੀਏ ਅੰਧੇ ਪਾਵੇ ਰਾਹ, ਸੁਣੇ ਹੱਥ ਹੋਵੇ ਇਸ ਗਾਵ, ਇਹ ਨ ਤਰੇ ਜਾਣ ਵਾਲਾ ਸਾਗਰ, ਜਿਹਨੂੰ ਅਬੂਰ ਕਰਨਾ ਬੜਾ ਔਖਾ ਹੈ, ਇੱਕ ਹੱਥ ਜੈਸਾ ਰਹਿ ਜਾਂਦਾ ਸੁਣਨ ਨਾਲ, ਮਨੁੱਖ ਅਬੂਰ ਕਰ ਦਿੰਦਾ, ਪਾਰ ਹੋ ਜਾਂਦਾ, ਬਹੁ ਸਾਗਰ ਤੋਂ ਪਾਰ ਹੋ ਜਾਂਦਾ, ਸਾਰੇ ਪਾਪ ਮਿਟ ਜਾਂਦੇ ਨੇ, ਸਾਰੇ ਦੁੱਖ ਮਿਟ ਜਾਂਦੇ ਨੇ, ਸਦੀਵੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾ। ਕਿਹੜਾ ਸੁਣਿਆ ਹੋਇਆ ਜਿਹਨੂੰ ਮੰਨ ਲਿਆ। ਮੈਂ ਹੁਣ ਫਿਰ ਦੁਹਰਾਵਾਂ ਅਤੇ ਅੱਗੇ ਚਲਾਂ, ਜੋ ਭੋਜਨ ਅਸੀਂ ਛਕਦੇ ਹਾਂ ਉਸਦਾ ਜਿਹੜਾ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ, ਉਹੀ ਸਰੀਰ ਦਾ ਹਿੱਸਾ ਬਣਦਾ ਹੈ, ਖੂਨ ਬਣ ਕੇ, ਮਾਸ ਬਣ ਕੇ, ਚਰਬੀ ਬਣ ਕੇ, ਹੱਡੀਆਂ ਬਣ ਕੇ, ਇੰਦਰੀਆਂ ਦੀ ਸ਼ਕਤੀ ਬਣ ਕੇ। ਸਰੀਰ ਦਾ ਵਿਕਾਸ, ਸਰੀਰ ਦੀ ਹੋਂਦ ਭੋਜਨ ਦੀ ਹੋਂਦ ਹੈ, ਭੋਜਨ ਦਾ ਵਿਕਾਸ ਹੈ। ਜੋ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ, ਮਨ ਮੰਨ ਲੈਂਦਾ ਹੈ ਜਿਸ ਨੂੰ, ਉਹੀ ਸਾਡੇ ਮਨ ਦਾ ਹਿੱਸਾ ਬਣਦਾ, ਉਹੀ ਸਾਡੇ ਮਨ ਦਾ ਰੂਪ ਬਣਦਾ। ਸੁਣਿਆ ਹੋਇਆ ਅਗਰ ਮੰਨਿਆ ਤਾਂ ਇਹ ਸਿੱਧ ਹੋ ਜਾਏਗਾ, ਸੁਣਿਆ ਹੋਇਆ ਅਗਰ ਮੰਨਿਆ ਤਾਂ ਸੰਤੋਖੀ ਹੋ ਜਾਏਗਾ, ਸੁਣਿਆ ਹੋਇਆ ਅਗਰ ਮੰਨਿਆ ਤਾਂ ਇਹ ਗਿਆਨੀ ਹੋ ਜਾਏਗਾ, ਸੁਣਿਆ ਹੋਇਆ ਅਗਰ ਮੰਨਿਆ ਤਾਂ ਇਸਦੇ ਸਾਰੇ ਦੁੱਖ ਅਤੇ ਪਾਪ ਨਾਸ ਹੋ ਜਾਣਗੇ ਔਰ ਸਦੀਵੀ ਆਨੰਦ ਦੀ ਪ੍ਰਾਪਤੀ ਹੋ ਜਾਏ। ਸੁਣਨ ਵਾਸਤੇ ਕਬੂਲ ਕਰਨਾ ਪਏਗਾ, ਮੈਂ ਕੁਛ ਨਹੀਂ ਜਾਣਨਾ ਚਾਹੁੰਦਾ ਔਰ ਮੈਂ ਸੁਣਨਾ ਚਾਹੁੰਦਾ, ਜਾਣਨਾ ਚਾਹੁੰਦਾ। ਇਸ ਵਾਸਤੇ ਬੜਾ ਨਿਰਮਾਣ ਸ਼ਬਦ ਦਿੱਤਾ ਗੁਰੂ ਨਾਨਕ ਨੇ, ਸਿੱਖ। ਸਿੱਖ ਤੋਂ ਮੁਰਾਦ ਕੀ? ਮੈਂ ਸਿੱਖਣਾ ਹੈ, ਮੈਂ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਇਸ ਤੋਂ ਜ਼ਿਆਦਾ ਨਿਰਮਾਣ ਸ਼ਬਦ ਹੋਰ ਕੋਈ ਨਹੀਂ ਹੈ, ਮੈਂ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਜਾਣਨਾ ਚਾਹੁੰਦਾ, ਸਿੱਖਣਾ ਚਾਹੁੰਦਾ। ਔਰ ਇਹ ਭਾਵ ਮਰਦੇ ਦਮ ਤੱਕ ਬਣਿਆ ਰਹੇ, ਕਿਉਂਕਿ ਜੀਵਨ ਬੜਾ ਛੋਟਾ ਹੈ, ਜਾਣਨ ਨੂੰ ਬਹੁਤ ਕੁਛ ਹੈ, ਬਹੁਤ ਕੁਛ। ਅਗਰ ਗੌਰ ਨਾਲ ਦੇਖੀਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਅਗੰਮੇ ਸਾਗਰ, ਮਨੁੱਖ ਨੂੰ ਬੜੇ ਮੁਸ਼ਕਿਲ ਨਾਲ ਕਿਧਰੇ ਦੋ ਚਾਰ ਸ਼ਬਦਾਂ ਦੀ ਜੀਵਨ ਭਰ ਵਿੱਚ ਕਿਧਰੇ ਸਮਝ ਆ ਜਾਏ ਤੇ ਆ ਜਾਏ। ਫਿਰ ਦਸਮ ਗ੍ਰੰਥ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, 52 ਕਵੀਆਂ ਦੀਆਂ ਰਚਨਾਵਾਂ ਨੇ, ਕਵੀ ਸੰਤੋਖ ਸਿੰਘ ਜੀ ਦਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਇਤਨਾ ਵੱਡਾ ਖਜ਼ਾਨਾ ਹੈ, ਇਹਦੀ ਕੋਈ ਖੋਲੇ, ਪਿਓ ਦਾ ਦੇਖਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ, ਨਹੀਂ ਖੋਲਿਆ, ਬਹੁਤ ਕੁਛ ਹੈ। ਸਿਆਣੇ ਅਨੁਭਵੀ ਪੁਰਸ਼ ਕਹਿੰਦੇ ਨੇ, ਕੋਈ ਵੀ ਮਨੁੱਖ ਜਿਸ ਮਜ਼ਹਬ ਵਿੱਚ ਪੈਦਾ ਹੋਇਆ, ਆਪਣੇ ਧਰਮ ਦੇ ਸਾਰੇ ਗ੍ਰੰਥਾਂ ਦਾ ਅਧਿਐਨ ਨਹੀਂ ਕਰ ਸਕਦਾ, ਨਹੀਂ ਕਰ ਸਕਦਾ, ਬਹੁਤ ਕੁਛ ਹੈ, ਬੜਾ ਪਸਾਰ, ਬਹੁਤ ਵੱਡਾ ਪਸਾਰ ਹੈ। ਤੋ ਮੈਰਸ ਕਰਾਈ ਸਵਾਸੇ ਸਤਿਗੁਰੂ ਨੇ ਨਿਰਮਾਣ ਸ਼ਬਦ ਦੇ ਦਿੱਤਾ, ਸਿੱਖ, ਤੂੰ ਸਿੱਖਣਾ, ਸਿੱਖਣ ਦਾ ਭਾਵ ਲੈ ਕੇ ਆ, ਮੈਂ ਸਿੱਖਣਾ,
ਪਰ ਸਿੱਖਣ ਲਈ ਤਾਂ ਸੁਣਨਾ ਪਹਿਲਾਂ, ਸੁਣਨਾ, ਸਰੋਤਾ ਬਣਨਾ, ਸੁਣਨਾ, ਸੁਣੀ ਹੈ। ਇਸ ਵਾਸਤੇ ਸਿੱਖ ਤੋਂ ਜ਼ਿਆਦਾ ਨਿਰਮਾਣ ਅਵਸਥਾ ਹੋਰ ਕੋਈ ਨਹੀਂ, ਹੰਕਾਰੀ ਸਿੱਖ ਹੋ ਹੀ ਨਹੀਂ ਸਕਦਾ ਜਿਹੜਾ ਇਹ ਦਾਅਵਾ ਕਰਦਾ ਮੈਂ ਸਭ ਕੁਝ ਜਾਣਦਾ, ਪਤਾ ਹੈ ਮੈਂ ਕੀ ਹੈ ਗੁਰਮਤਿ ਮੈਂ ਜਾਣਦਾ। ਇਹ ਕੁਛ ਵੀ ਹੋਵੇ ਕਮ ਸੇ ਕਮ ਸਿੱਖ ਨਹੀਂ ਹੈ। ਸਿੱਖ ਜੋ ਮਰਦੇ ਦਮ ਤੱਕ ਇਹ ਭਾਵਨਾ ਰੱਖੇ ਮੈਂ ਸਿੱਖਣਾ ਔਰ ਮੈਂ ਕੁਛ ਨਹੀਂ ਜਾਣਦਾ, ਜਾਣਨ ਨੂੰ ਬਹੁਤ ਕੁਛ ਹੈ, ਸਿੱਖਣ ਨੂੰ ਬਹੁਤ ਕੁਛ ਹੈ, ਜੀਵਨ ਬਹੁਤ ਛੋਟਾ ਹੈ, ਬਹੁਤ ਛੋਟਾ ਹੈ, ਬਹੁਤ ਛੋਟਾ। ਇਸ ਵਾਸਤੇ ਕਿਉਂਕਿ ਇਹ ਯੁੱਗ ਕਲਯੁੱਗ ਦੇ ਵਿੱਚ ਕਿਸੇ ਯੁੱਗ ਦੇ ਵਿੱਚ ਕਾਮ ਪ੍ਰਧਾਨ ਹੁੰਦਾ, ਕਿਸੇ ਦੇ ਵਿੱਚ ਲੋਭ ਪ੍ਰਧਾਨ ਹੁੰਦਾ, ਇਸ ਯੁੱਗ ਦੇ ਵਿੱਚ ਹੰਕਾਰ ਪ੍ਰਧਾਨ ਹੈ। ਸਾਹਿਬ ਕਹਿੰਦੇ ਨੇ ਹਉਮੈ ਰੋਗ ਮਾਨਕ ਕੋ ਦੀਨਾ, ਇਹ ਪ੍ਰਧਾਨ ਬੜਾ ਪ੍ਰਧਾਨ। ਆਹੰ ਮੈਂ ਹਾਂ ਦੂਜਾ ਨਹੀਂ ਹੈ, ਤੋਂ ਹੰਕਾਰੀ ਸਿੱਖ ਨਹੀਂ ਹੋ ਸਕਦਾ। ਭਾਵੇਂ ਸਿੱਖ ਦਿਖਾਈ ਦਿੰਦਾ ਸਿੱਖ ਨਹੀਂ ਹੈ, ਸਿੱਖ ਦਾ ਤਾਂ ਮਤਲਬ ਹੈ ਮੈਂ ਸਿੱਖਣਾ ਚਾਹੁੰਦਾ, ਮੈਨੂੰ ਕੁਛ ਨਹੀਂ ਆਉਂਦਾ, ਮੈਂ ਕੁਛ ਨਹੀਂ ਜਾਣਦਾ। ਕਮ ਸੇ ਕਮ ਹੇ ਪ੍ਰਭੂ ਮੈਂ ਤੇਰੇ ਬਾਰੇ ਕੁਛ ਵੀ ਨਹੀਂ ਜਾਣਦਾ, ਕਮ ਸੇ ਕਮ ਹੇ ਗੁਰੂ ਮੈਂ ਤੇਰੇ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ, ਮੈਂ ਸਿੱਖਣਾ ਚਾਹੁੰਦਾ। ਇਤਨਾ ਗਹਿਰਾ ਭਾਵ ਹੋਵੇ ਤੂੰ ਸਿੱਖ ਵੀ ਲਏਗਾ, ਬੜਾ ਨਿਰਮਾਣ ਸ਼ਬਦ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਨਾ ਨਾਦ ਨਾ ਬੇਦ ਗੇ ਰਸ ਰਸ ਕਸ ਨਾ ਜਾਣਨ। ਇਸ ਸਲੋਕ ਦਾ ਖੁਲਾਸਾ ਕਰਨ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਦੇ ਹਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪ੍ਰਚਾਰ ਫੇਰੀ ਕੀਰਤਨ ਦੇ ਰਾਹੀਂ ਆਰੰਭ ਕੀਤੀ। ਕਿਸੇ ਨੂੰ ਸਮਝਾਉਣਾ ਗਾ ਕੇ ਔਰ ਗਾਇਆ ਹੋਇਆ ਸ਼ਬਦ ਅਗਲੇ ਨੂੰ ਇਤਨਾ ਮੁਤਾਸਰ ਕਰ ਦਿੰਦਾ ਸੀ, ਝੁਕ ਜਾਂਦੇ ਸੀ। ਕਿਸੇ ਕਿਸੇ ਨੂੰ ਵਿਚਾਰਨਾ, ਕੀਰਤਨ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੰਜਵੇਂ ਗੁਰੂ ਨਾਨਕ ਨੇ ਸੋਚਿਆ ਹਰ ਮਨੁੱਖ ਦੀ ਕੀਰਤਨ ਤੱਕ ਪਹੁੰਚ ਨਹੀਂ ਆਉਂਦੀ, ਨਹੀਂ ਆਉਂਦੇ, ਇਹ ਵੀ ਮੈਂ ਤੋਂ ਕਥਾ ਦੀ ਪਰੰਪਰਾ ਚੱਲੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੇ ਆਪ ਕਥਾ ਕਰਦੇ ਸਨ, ਫਿਰ ਭਾਈ ਗੁਰਦਾਸ ਜੀ ਨੇ ਆਰੰਭ ਕੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿੱਥੇ ਬੈਠ ਕੇ ਕਥਾ ਕਰਦੇ ਰਹੇ ਉਹਨੂੰ ਵਿਵੇਕ ਸਰ ਕਹਿੰਦੇ। ਵਿਵੇਕ ਦਾ ਮਤਲਬ ਹੀ ਗਿਆਨ, ਗਿਆਨ ਦਿੰਦੇ ਰਹੇ, ਕਥਾ ਕਰਦੇ ਰਹੇ। ਅੰਮ੍ਰਿਤਸਰ ਦੇ ਵਿੱਚ ਇੱਕ ਵਿਵੇਕ ਸਰ ਹੈ ਪੰਜ ਸਰੋਵਰਾਂ ਵਿੱਚੋਂ, ਉੱਥੇ ਛੇਵੇਂ ਗੁਰੂ ਨਾਨਕ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਕਥਾ ਕਰਦੇ ਸਨ। ਇਸ ਤਰ੍ਹਾਂ ਕਥਾ ਦੀ ਪਰੰਪਰਾ ਆਰੰਭ ਹੋਈ। ਸਿੱਖ ਨੂੰ ਵਿਚਾਰਾਂ ਦੇ ਰਾਹੀਂ ਨਿਰੰਕਾਰ ਨਾਲ ਜੋੜਨਾ, ਵਿਚਾਰਾਂ ਦੇ ਰਾਹੀਂ ਕਰਤਾਰ ਦੀ ਸੋਝ ਬੋਝ ਕਰਾਉਣਾ, ਸਿੱਖ ਨੂੰ ਆਪਣੀ ਵਿਰਾਸਤ ਦਾ, ਆਪਣੇ ਇਤਿਹਾਸ ਦਾ ਅਤੇ ਆਲੇ ਦੁਆਲੇ ਦੇ ਇਤਿਹਾਸ ਦਾ ਵੀ ਬੋਧ ਹੋਵੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਢਾਡੀ ਸਿੰਘਾਂ ਨੂੰ ਜਨਮ ਦਿੱਤਾ। ਪਹਿਲਾ ਢਾਡੀ ਅਬਦੁੱਲਾ ਸੀ, ਮੁਸਲਮਾਨ ਸੀ। ਪਹਿਲਾ ਕੀਰਤਨੀਆ ਮਰਦਾਨਾ ਸੀ, ਮੁਸਲਮਾਨ ਸੀ। ਅਬਦੁੱਲਾ ਸਿੱਖ ਇਤਿਹਾਸ ਨੂੰ ਜੰਗੀ ਤਰਜ ਦੀਆਂ ਧੁਨਾਂ ਦੇ ਉੱਤੇ ਵੀਰ ਰਸ ਦੇ ਵਿੱਚ ਗਾ ਕੇ ਸੰਗਤਾਂ ਦੇ ਸਾਹਮਣੇ ਸੁਣਾਉਂਦਾ ਹੁੰਦਾ ਸੀ। ਉਸ ਤੋਂ ਇਹ ਢਾਡੀ ਸਿੰਘ ਚੱਲੇ। ਇਤਿਹਾਸ ਨੂੰ ਕਵਿਤਾ ਦੇ ਵਿੱਚ ਬਿਆਨ ਕਰਨਾ। ਦਸਵੇਂ ਗੁਰੂ ਨਾਨਕ ਦਾ ਜ਼ਮਾਨਾ ਆਇਆ, ਸਿੱਖ ਨੂੰ ਸਾਹਿਤ ਦੀ ਵੀ ਸਮਝ ਹੋਵੇ, ਕਲਾ ਦਾ ਵੀ ਬੋਧ ਹੋਵੇ। ਤੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਨਾਲ 52 ਕਵੀ ਰੱਖਦੇ ਸਨ। ਜਗ੍ਹਾ ਜਗ੍ਹਾ ਕਵੀ ਸੰਮੇਲਨ ਉਹ ਕਰਾਉਂਦੇ ਸਨ। ਜਦ ਵੀ ਕਿਸੇ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ, ਉਹਦੇ ਅੰਦਰ ਕੁਝ ਕੋਮਲ ਕਲਾ ਪ੍ਰਗਟ ਹੁੰਦੀ ਹੈ। ਸੰਗੀਤ ਸਭ ਤੋਂ ਕੋਮਲ ਕਲਾ ਹੈ, ਕਵਿਤਾ ਸਭ ਤੋਂ ਕੋਮਲ ਕਲਾ ਹੈ, ਫਿਰ ਚਿੱਤਰ ਕਲਾ ਹੈ, ਮੂਰਤੀ ਕਲਾ ਹੈ। ਅਵਤਾਰਾਂ ਦੀ ਪਹਿਚਾਣ ਹੀ ਕਲਾ ਕਰਕੇ ਆਉਂਦੀ ਸੀ, ਬਈ ਇਹਦੇ ਅੰਦਰ ਕਲਾ ਕਿਤਨੀ ਹੈ। ਇਹ 2 ਕਲਾ ਅਵਤਾਰ ਹੈ, 4 ਕਲਾ ਅਵਤਾਰ ਹੈ, 8 ਕਲਾ ਅਵਤਾਰ ਹੈ, ਇਹ 16 ਕਲਾ ਅਵਤਾਰ। 16 ਕਲਾ ਸ੍ਰੀ ਕ੍ਰਿਸ਼ਨ ਦੇ ਮੰਦਰ। ਕੋਈ ਅੰਸਾ ਅਵਤਾਰ ਹੈ, ਅੰਸ ਮਾਤਰ ਹੈ, ਕੋਈ ਪੂਰਨ ਅਵਤਾਰ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਝ ਕਹਿੰਦੇ ਨੇ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕਰ ਚੜਿਆ। ਉਹ ਜਿਹੜਾ ਠਾਕਰ ਹੈ, ਪਰਮਾਤਮਾ ਹੈ, ਤੂੰ ਸਰਬ ਕਲਾ ਕਾ ਗਿਆਤਾ, ਉਹ ਸਾਰੇ ਕਲਾ ਦਾ ਗਿਆਨੀ ਹੈ। ਔਰ ਕਿਸੇ ਨੂੰ ਕਲਾ ਪ੍ਰਾਪਤ ਹੁੰਦੀ ਉਸ ਮਹਾਨ ਕਲਾਕਾਰ ਤੋਂ ਪ੍ਰਾਪਤ ਹੁੰਦੀ ਹੈ, ਉਸ ਨਾਲ ਜੁੜ ਕੇ ਪ੍ਰਾਪਤ। ਉਹ ਜ਼ਿੰਦਾ ਕਲਾ ਆਉਂਦੀ ਹੈ। ਸੰਗੀਤ ਜਦ ਅੰਦਰੋਂ ਜਨਮ ਲੈਂਦਾ ਉਹ ਜ਼ਿੰਦਾ ਆਉਂਦਾ ਹੈ। ਜਿਹੜਾ ਸਿੱਖਣਾ ਹੁੰਦਾ ਹੈ ਉਹਦੇ 'ਚ ਜਿੰਦ ਜਾਨ ਨਹੀਂ ਆਉਂਦੀ। ਇਹ ਵੀ ਮਹਿਸ ਕਰਦੇ ਕਵਿਤਾ ਜਿਹੜੀ ਅੰਦਰੋਂ ਜਨਮ ਲੈਂਦੀ ਹੈ ਉਹਦੇ ਜਿੰਦ ਜਾਨ ਆਉਂਦੀ ਹੈ, ਬੜਾ ਮੁਤਾਸਰ ਕਰਦੀ ਹੈ, ਬੜਾ ਪ੍ਰਭਾਵਿਤ ਕਰਦੀ ਹੈ। ਰਾਬਿੰਦਰ ਨਾਥ ਟੈਗੋਰ ਕਹਿੰਦੇ ਸਨ, ਜਿਸ ਬੰਦੇ ਨੂੰ ਮਾਸੂਮ ਬੱਚੇ ਨਹੀਂ ਚੰਗੇ ਲੱਗਦੇ, ਫੁੱਲ ਨਹੀਂ ਚੰਗੇ ਲੱਗਦੇ, ਸੰਗੀਤ ਨਹੀਂ ਚੰਗਾ ਲੱਗਦਾ, ਕਵਿਤਾ ਨਹੀਂ ਚੰਗੀ ਲੱਗਦੀ, ਕਹਿੰਦਾ ਮੈਂ ਮੰਨਦਾ ਹੀ ਨਹੀਂ ਉਸ ਬੰਦੇ ਕੋਲ ਦਿਲ ਹੋਵੇਗਾ, ਕੋਈ ਪੱਥਰ ਹੋਵੇਗਾ। ਉਸ ਬੰਦੇ ਕੋਲ ਦਿਮਾਗ ਹੋਵੇਗਾ, ਕਹਿੰਦਾ ਨਹੀਂ ਪੱਥਰ ਹੋਵੇਗਾ, ਇਹ ਮਨੁੱਖ ਨਹੀਂ ਹੋਵੇਗਾ, ਪੱਥਰ ਹੋਵੇਗਾ। ਸੰਗੀਤ ਚੰਗਾ ਹੀ ਨਹੀਂ ਲੱਗਦਾ, ਕਵਿਤਾ ਚੰਗੀ ਨਹੀਂ ਲੱਗਦੀ, ਫੁੱਲ ਚੰਗੇ ਹੀ ਨਹੀਂ ਲੱਗਦੇ, ਮਾਸੂਮ ਬੱਚੇ ਚੰਗੇ ਹੀ ਨਹੀਂ ਲੱਗਦੇ। ਰਾਬਿੰਦਰ ਨਾਥ ਟੈਗੋਰ ਕਿਉਂਕਿ ਕਵੀ ਸੀ, ਕਵੀ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣੀ ਬਹੁਤ ਸਾਰੀ ਬਾਣੀ ਦੇ ਉੱਤੇ ਆਪਣੇ ਆਪ ਨੂੰ ਕਵੀ ਕਰਕੇ ਅੱਗੇ ਕਰਦੇ ਨੇ। ਕਵੀ ਉਹ ਬਾਚ ਬੇਨਤੀ ਚੋਕ, ਇੱਕ ਕਵੀ ਦੇ ਬੋਲ। ਧੰਨ ਗੁਰੂ ਨਾਨਕ ਇੰਝ ਕਹਿੰਦੇ ਨੇ, ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਰ ਦੇ ਗਾਰਾ। ਇਹ ਜੋ ਨਾਨਕ ਕਹਿ ਰਹੇ ਹੈ, ਨਾਨਕ ਸ਼ਾਇਰ ਕਹਿ ਰਹੇ, ਸ਼ਾਇਰੀ ਜੋ ਰੱਖ ਰਿਹਾ,
ਉਰਦੂ 'ਚ ਕਹਿ ਲਓ ਸ਼ਾਇਰੀ, ਹਿੰਦੀ 'ਚ ਕਹਿ ਲਓ ਕਵਿਤਾ। ਹੁਣ ਕਵੀ ਦੋ ਤਰ੍ਹਾਂ ਦੇ ਆਉਂਦੇ ਨੇ, ਮਹਾਨ ਕਲਾਕਾਰ ਨਾਲ ਸੁਣ ਸੁਣ ਕੇ ਸੁਰਤ ਜੁੜ ਗਈ ਹੈ, ਅੰਦਰੋਂ ਕਲਾ ਨੇ ਜਨਮ ਲਿਆ, ਕਵਿਤਾ ਨੇ ਜਨਮ ਲੈ ਲਏ, ਸੰਗੀਤ ਨੇ ਜਨਮ ਲੈ ਲਏ। ਅਲੋਰਾ ਅਜੰਤਾ ਦੇ ਗੁਫਾਵਾਂ ਦੇ ਜੋ ਚਿੱਤਰ ਬਣਾਏ ਗਏ ਨੇ, ਇਹ ਉਹਨਾਂ ਜੁੜੇ ਹੋਏ ਕਲਾਕਾਰਾਂ ਨੇ ਬਣਾਏ ਨੇ। ਦੁਨੀਆ ਭਰ ਤੋਂ ਚਿੱਤਰਕਾਰ ਪਹੁੰਚਦੇ ਨੇ ਅਜੰਤਾ ਦੇ ਵਿੱਚ ਇੱਕ ਤਸਵੀਰ ਦੀ ਨਕਲ ਕਰਨ। ਉਹ ਤਸਵੀਰ ਹੈ, ਤੁਸੀਂ ਸਾਹਮਣੇ ਦੇਖੋ ਤੇ ਮੁਸਕੁਰਾਉਂਦੀ ਹੋਈ ਹੈ, ਇੰਜ ਖੱਬੇ ਪਾਸੇ ਆ ਜਾਓ, ਬੜੀ ਗੰਭੀਰ ਹੈ, ਬਹੁਤ ਗੰਭੀਰ, ਔਰ ਸੱਜੇ ਪਾਸੇ ਆ ਜਾਓ, ਸਮਾਧੀ ਲੀਨ ਦਿਖਾਈ ਦਿੰਦੀ। ਤਸਵੀਰ ਇੱਕੋ ਹੀ ਹੈ, ਇੱਕੋ ਹੀ ਤਸਵੀਰ ਦੇ ਤਿੰਨ ਰੂਪ ਦਿਖਾਈ ਦਿੰਦੇ ਨੇ ਪਹਿਲੂ ਬਦਲਣ ਨਾਲ। ਦੁਨੀਆ ਭਰ ਤੋਂ ਆਰਟਿਸਟ ਉੱਥੇ ਪਹੁੰਚਦੇ ਨੇ, ਕਿਵੇਂ ਬਣਾਈ ਗਈ, ਭਾਵੇਂ 2000 ਸਾਲ ਬਣਾਈ ਗਈ ਪਰ ਅੱਜ ਵੀ ਜ਼ਿੰਦਾ ਹੈ, ਜ਼ਿੰਦਗੀ ਦੇ ਰਹੀ ਹੈ, ਕਿਸੇ ਐਸੇ ਚਿੱਤਰਕਾਰ ਦੇ ਅੰਦਰੋਂ ਨਿਕਲੀ ਹੈ ਜਿਹਦੀ ਚਿੱਤਰਕਲਾ ਵਿੱਚ ਜਾਨ ਸੀ, ਜ਼ਿੰਦਗੀ ਸੀ, ਕਿਸੇ ਤੋਂ ਸਿੱਖਿਆ ਨਹੀਂ ਸੀ, ਪਰਮਾਤਮਾ ਨਾਲ ਜੁੜ ਕੇ ਕਲਾ ਉਸਦੇ ਅੰਦਰੋਂ ਪ੍ਰਗਟ ਹੋਈ ਸੀ। ਬੋਧ ਭਿਕਸ਼ੂ ਸਨ, ਉਸਨੇ ਬਣਾਈ ਸੀ। ਮੈਂ ਵੀ ਜਿਸ ਦਿਨ ਦੇਖੇ ਹੈਰਾਨ ਹੋਇਆ, ਮੈਂ ਕਿਹਾ ਹੱਦ ਹੋ ਗਈ, ਖੱਬੇ ਪਾਸੇ ਦੇਖਦਿਆਂ ਕੁਝ ਹੋਰ ਦਿਖਾਈ ਦਿੰਦੀ ਹੈ, ਸੱਜੇ ਪਾਸੇ ਦੇਖੀਏ ਤੇ ਕੁਝ ਹੋਰ, ਸਾਹਮਣੇ ਦੇਖੀਏ ਤੇ ਕੁਝ ਹੋਰ। ਸਾਰੀ ਦੁਨੀਆਂ ਦੇ ਚੋਟੀ ਦੇ ਚਿੱਤਰਕਾਰ ਉੱਥੇ ਪਹੁੰਚਦੇ ਨੇ, ਨਕਲ ਕਰਦੇ ਬੈਠੇ ਹੁੰਦੇ ਨੇ, ਬਣਾਉਂਦੇ ਪਏ ਹੁੰਦੇ, ਸਿੱਖਣ ਦੀ ਕੋਸ਼ਿਸ਼ ਪਏ ਕਰਦੇ, ਪਰ ਜਿਸਨੇ ਬਣਾਈ ਹੈ ਉਸਨੇ ਕਿਸੇ ਤੋਂ ਨਹੀਂ ਸਿੱਖੀ ਸੀ, ਉਹਦੇ ਅੰਦਰੋਂ ਪ੍ਰਗਟ ਹੋਈ ਸੀ, ਉਹਦੇ ਅੰਦਰੋਂ ਪ੍ਰਗਟ ਹੋਈ ਸੀ। ਤਾਨ ਸੈਨ ਦਾ ਸੰਗੀਤ ਸੁਣ ਕੇ ਇੱਕ ਦਿਨ ਅਕਬਰ ਕਹਿੰਦਾ, ਤੂੰ ਇਤਨਾ ਮਧੁਰ ਗਾਉਂਦਾ, ਸਾਡੀ ਸੁਰਤ ਗਵਾ ਜਾਂਦੀ ਹੈ, ਲੀਨ ਹੋ ਜਾਂਦੇ, ਤੈਥੋਂ ਵੀ ਕੋਈ ਚੰਗਾ ਗਾਉਂਦਾ। ਤਾਨ ਸੈਨ ਕਹਿੰਦਾ, ਹਾਂ। ਕੌਣ? ਬਿੰਦਰਾਵਨ ਦੇ ਝੁੱਗੀ ਚ ਰਹਿੰਦਾ ਹਰਦਾਸ, ਸਵਾਮੀ ਹਰੀਦਾਸ, ਉੱਥੋਂ ਸਿੱਖਿਆ ਸੀ, ਉਹਦੇ ਕੋਲੋਂ ਸਿੱਖਿਆ ਸੀ। ਅਕਬਰ ਕਹਿੰਦਾ, ਫਿਰ ਮੈਂ ਉਸਨੂੰ ਸੁਣ ਲੈ। ਪਤਾ ਤਾਨ ਸੈਨ ਨੇ ਕੀ ਆਖਿਆ, ਮੈਂ ਤੇਰੇ ਦਰਬਾਰ ਵਿੱਚ ਆ ਕੇ ਤੈਨੂੰ ਸੁਣਾ ਸਕਦਾ, ਉਹਨੂੰ ਸੁਣਨਾ ਤੇ ਉਹਦੇ ਦਰਬਾਰ ਵਿੱਚ ਤੈਨੂੰ ਜਾਣਾ। ਪਰ ਉਹ ਰੋਜ਼ ਨਹੀਂ ਗਾਉਂਦਾ, ਜਿਸ ਦਿਨ ਉਸਦੇ ਅੰਦਰੋਂ ਸੰਗੀਤ ਫੁੱਟਦਾ ਹੈ ਉਸ ਦਿਨ ਗਾਉਂਦਾ, ਉਸ ਦਿਨ ਗਾਉਂਦਾ। ਕਹਿੰਦੇ ਨੇ ਉੱਥੇ ਬਹੁਤ ਸਾਰੇ ਸਾਧੂਆਂ ਦੀਆਂ ਕੁੱਟੀਆਂ ਸਨ,
ਵਕਤ ਦਾ ਬਾਦਸ਼ਾਹ ਪੜੋਸੇ ਜਾ ਕੇ ਠਹਿਰਿਆ ਗੁਮਨਾਮ ਤਰੀਕੇ ਨਾਲ ਤਾਨਸੈਨ ਨਾਲ। ਤਿੰਨ ਦਿਨ ਤੇ ਇੰਤਜ਼ਾਰ ਕੀਤਾ ਸਬਰ ਦਾ ਪੈਮਾਨਾ, ਉਹ ਨਵਰੇਜ਼ ਹੋਇਆ, ਔਖਾ ਹੋਇਆ, ਬਈ ਹੱਦ ਹੋ ਗਈ ਹੈ, ਤਿੰਨ ਦਿਨ ਹੋ ਗਏ, ਹੋਰ ਕਿੰਨਾ ਸਬਰ ਕਰੀਏ। ਇੱਕ ਦਿਨ ਅੰਮ੍ਰਿਤ ਵੇਲੇ ਕੰਨਾਂ 'ਚ ਆਵਾਜ਼ ਪਈ, ਅਕਬਰ ਸਕੁਟੀਆ ਦੇ ਕੋਲ ਚਲਿਆ ਗਿਆ। ਜ਼ਿੰਦਗੀ 'ਚ ਪਹਿਲੀ ਦਫ਼ਾ ਅਕਬਰ ਨੂੰ ਪਤਾ ਚੱਲਿਆ ਕਿ ਰੂਹਾਨੀ ਆਨੰਦ ਕੀ ਆਉਂਦਾ, ਰੂਹਾਨੀ ਰਸ ਕੀ ਆਉਂਦਾ। ਜੋਗੀ ਵਿੱਚ ਆ ਕੇ ਅਕਬਰ ਤਾਨਸੈਨ ਨੂੰ ਕਹਿੰਦਾ, ਤੂੰ ਇਸ ਤਰ੍ਹਾਂ ਕਦੇ ਨਹੀਂ ਗਾਇਆ, ਤੇਰੇ ਸੰਗੀਤ ਨੇ ਤਾਂ ਇਤਨੀ ਗਹਿਰਾਈ ਨਾਲ ਸਾਨੂੰ ਕਦੇ ਨਹੀਂ ਛੋਇਆ। ਪਤਾ ਹੈ ਤਾਨਸੈਨ ਨੇ ਕੀ ਆਖਿਆ? ਬਾਦਸ਼ਾਹ ਸਲਾਮਤ, ਅਸੀਂ ਗਾਉਂਦੇ ਹਾਂ ਤੇਰੇ ਵਾਸਤੇ। ਉਹ ਗਾਉਂਦਾ ਹੈ ਬਾਦਸ਼ਾਹਾਂ ਦੇ ਬਾਦਸ਼ਾਹ ਪਰਮਾਤਮਾ ਵਾਸਤੇ, ਤੇਰੇ ਵਾਸਤੇ ਨਹੀਂ ਗਾਉਂਦਾ। ਉਹਦਾ ਗਾਇਆ ਹੋਇਆ ਅਤੇ ਮੇਰਾ ਗਾਇਆ ਹੋਇਆ ਬਰਾਬਰ ਕਿਸ ਤਰ੍ਹਾਂ ਹੋਵੇਗਾ? ਮੈਂ ਤੈਨੂੰ ਖੁਸ਼ ਕਰਨ ਵਾਸਤੇ ਗਾਉਂਦਾ, ਉਹ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ। ਉਹਦੇ ਅੰਦਰੋਂ ਸੰਗੀਤ ਫੁੱਟਦਾ ਹੈ, ਮੈਂ ਸੰਗੀਤ ਨੂੰ ਜਨਮ ਦੇਣਾ, ਮੈਂ ਸਿੱਖਿਆ ਅਤੇ ਗਾਉਂਦਾ। ਉਹ ਤਾਂ ਇੱਕ ਝਰਨੇ ਦਾ ਪਾਣੀ ਹੈ, ਫੁੱਟਿਆ ਅਤੇ ਨਿਕਲਦਾ। ਮੈਂ ਤਾਂ ਖੂਹ ਦਾ ਪਾਣੀ ਹੈ, ਡੋਲ ਨਾਲ ਕੱਢਣਾ ਪੈਂਦਾ, ਮਿਹਨਤ ਕਰਕੇ ਕੱਢਣਾ ਪੈਂਦਾ। ਉਹ ਤਾਂ ਝਰਨੇ ਦਾ ਵਹਾਅ ਹੈ, ਬਰਾਬਰ ਕਿਸ ਤਰ੍ਹਾਂ ਹੋ ਸਕਦਾ? ਜਦ ਕੋਈ ਉਸ ਮਹਾਨ ਕਲਾਕਾਰ ਨਾਲ ਜੁੜ ਜਾਂਦਾ, ਅੰਦਰੋਂ ਕਵਿਤਾ ਫੁੱਟਦੀ ਹੈ, ਅੰਦਰੋਂ ਸੰਗੀਤ ਨਿਕਲਦਾ, ਤਰ੍ਹਾਂ ਤਰ੍ਹਾਂ ਦੀ ਕਲਾ ਨਿਕਲਦੀ ਹੈ। ਸਾਰੀਆਂ ਕਲਾ ਵਿੱਚ ਦੋ ਕਲਾ ਬਹੁਤ ਕੋਮਲ ਬਣੀਆਂ ਗਈਆਂ, ਸੰਗੀਤ ਅਤੇ ਕਵਿਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਨਾ ਨਾਦ ਨਾ ਵੇਦ ਗੇ ਰਸ ਰਸ ਕਸ ਨਾ ਜਾਣਨ। ਇੱਕ ਐਸੇ ਨੇ ਨਾ ਸੰਗੀਤ ਦੀ ਕੋਈ ਸੋਚ ਨਹੀਂ, ਕੋਈ ਮਸਲ, ਵੇਦ ਰੱਬੀ ਗਿਆਨ ਰੱਬੀ ਵਿੱਦਿਆ ਦੀ ਕੋਈ ਸਮਝ ਨਹੀਂ, ਕੁਛ ਵੀ ਪਤਾ ਨਹੀਂ। ਇੱਕ ਨਾ ਸ਼ਬਦ ਨਾ ਸੁਰਤ ਅੱਖਰ ਕਾ ਭੇਉ ਨਾ ਲਹੰਤ। ਇੱਕ ਨਾ ਨਾਦ ਨਾ ਵੇਦ ਗੇ ਰਸ ਰਸ ਕਸ ਨਾ ਜਾਣਨ। ਇੱਕ ਨਾ ਸ਼ਬਦ ਨਾ ਸੁਰਤ ਅੱਖਰ ਸਰ ਅੱਖਰ ਕਾ ਭੇਉ ਨਾ ਲਹੰਤ। ਕੁਛ ਅੱਖਰ ਦਾ ਬੋਧ ਨਹੀਂ ਉਸ ਪਰਮਾਤਮਾ ਦਾ, ਕੁਛ ਸੰਗੀਤ ਦੀ ਸਮਝ ਨਹੀਂ, ਕਵਿਤਾ ਦਾ ਬੋਧ ਨਹੀਂ ਹੈ। ਲੇਕਿਨ ਕਹਿੰਦੇ ਨੇ ਅਸੀਂ ਬਹੁਤ ਕੁਛ ਜਾਣਦੇ ਹਾਂ, ਬਹੁਤ ਕੁਛ ਜਾਣਦੇ ਹਾਂ, ਬਹੁਤ ਕੁਛ ਜਾਣਦੇ ਹਾਂ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ, ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਤ ਕਰਨ। ਨਾ ਕਵਿਤਾ ਜਾਣਦਾ, ਨਾ ਸ਼ਾਇਰੀ ਨੂੰ ਜਾਣਦਾ, ਨਾ ਸੰਗੀਤ ਨੂੰ ਜਾਣਦਾ, ਨਾ ਰੱਬੀ ਵਿਚਾਰ ਨੂੰ ਜਾਣਦਾ, ਅਤੇ ਫਿਰ ਦਾਵਾ ਹੈ ਮੈਨੂੰ ਸਭ ਕੁਛ ਪਤਾ ਹੈ। ਮਹਾਰਾਜ ਕਹਿੰਦੇ ਨੇ, ਅਸਲੀ ਖੋਤੇ ਇਹਨਾਂ ਨੂੰ ਕਹਿੰਦੇ। ਐਸਾ ਕਿ
ਧੰਨ ਗੁਰੂ ਨਾਨਕ ਦੇਵ ਜੀ। ਕਿਉਂ? ਭਾਵਕ ਮਨੁੱਖ, ਸ਼ਰਧਾਲੂ ਮਨੁੱਖ ਸਰੋਤਾ ਹੁੰਦਾ ਹੈ ਔਰ ਕਲਾ ਦੇ ਨੇੜੇ ਚਲਾ ਜਾਂਦਾ ਹੈ। ਇਹ ਵੀ ਮਹਿਸੂਸ ਕਰਦੇ ਹਾਂ, ਨੇੜੇ ਚਲਾ ਜਾਂਦਾ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ। ਅੱਜ ਦੁਨੀਆ ਬਹੁਤ ਬਾਹਰ ਮੁਖੀ ਹੋ ਗਈ ਹੈ, ਅੰਤਰਮੁਖੀ ਹੋਣਾ ਬਹੁਤ ਔਖਾ ਹੈ। ਇੱਕ ਦਫ਼ਾ ਮੈਂ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਪਕੜ ਵਿੱਚ ਆ ਜਾਏ। ਜੋ ਭੋਜਨ ਅਸੀਂ ਖਾਂਦੇ ਹਾਂ ਉਸਦਾ ਜਿਹੜਾ ਭਾਗ ਸਾਡੇ ਅੰਦਰ ਰਹਿ ਜਾਂਦਾ ਹੈ, ਉਹੀ ਖੂਨ ਬਣਦਾ, ਉਹੀ ਮਾਸ ਬਣਦਾ, ਉਹੀ ਸਰੀਰ ਦੀ ਸ਼ਕਤੀ ਬਣਦਾ। ਗੁਰੂ ਦਾ ਸ਼ਬਦ ਸਤਸੰਗ ਦੇ ਜੋ ਅਸੀਂ ਸੁਣਦੇ ਹਾਂ, ਕਥਾ ਕੀਰਤਨ ਜੋ ਅਸੀਂ ਸੁਣਦੇ ਹਾਂ, ਜੋ ਸਾਡੇ ਮਨ ਵਿੱਚ ਰਹਿ ਜਾਂਦਾ, ਉਹੀ ਸਾਡੇ ਮਨ ਦਾ ਹਿੱਸਾ ਬਣਦਾ। ਅਤੇ ਮਨ ਦਾ ਹਿੱਸਾ ਬਣ ਕੇ ਪਹਿਲੇ ਭਰੋਸਾ ਬਣਦਾ, ਫਿਰ ਭਾਵਨਾ ਬਣਦਾ, ਭਗਤੀ ਬਣਦਾ। ਸਨੇਹ ਤੇ ਸਾਰਿਆਂ ਦੇ ਅੰਦਰ ਹੈ, ਉਹ ਤੇ ਸਾਰੇ ਮਨੁੱਖ ਸਨੇਹ ਤੇ ਸਾਰਿਆਂ ਦੇ ਅੰਦਰ ਹੈ। ਗੁਰੂ ਕੋਲ ਪਦਾਰਥਾਂ ਦੀ ਮੰਗ, ਇਹ ਗੁਰੂ ਨਾਲ ਸਨੇਹ ਹੈ, ਪ੍ਰੇਮ ਵੀ ਨਹੀਂ ਹੈ। ਆਪਣੀ ਤੋਂ ਛੋਟੇ ਦੀ ਤਰਫ ਪਿਆਰ ਦੀ ਧਾਰਾ ਜੋ ਜਾਂਦੀ ਹੈ ਉਸਨੂੰ ਸਨੇਹ ਕਹਿੰਦੇ ਨੇ। ਬਰਾਬਰੀ ਦੀ ਤਰਫ ਜਾਂਦੀ ਹੈ ਤਾਂ ਪ੍ਰੇਮ ਕਹਿੰਦੇ ਨੇ। ਅਗਰ ਇਹ ਗਹਿਰਾ ਸਰੋਤਾ ਹੈ ਤਾਂ ਇਸਦੇ ਅੰਦਰ ਪ੍ਰੇਮ ਪੈਦਾ ਹੋ ਜਾਏਗਾ। ਮਨੁੱਖ ਇਸ ਅਵਸਥਾ ਤੱਕ ਪਹੁੰਚ ਸਕੇ, ਗੁਰੂ ਘਰ ਨੇ ਚਾਰ ਤਰ੍ਹਾਂ ਦੀ ਕੋਸ਼ਿਸ਼ ਕੀਤੀ: ਕੀਰਤਨ, ਕਥਾ, ਢਾਡੀ ਪ੍ਰਸੰਗਾਂ ਦੇ ਰਾਹੀਂ ਇਤਿਹਾਸ ਦੀ ਜਾਣਕਾਰੀ ਕਰਾ ਕੇ ਮਨੁੱਖ ਦੇ ਅੰਦਰ ਜਾਗ ਲਾਣੀ, ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਵੀ ਦਰਬਾਰਾਂ ਨੂੰ ਜਨਮ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਪਰਿਪੂਰਨ ਪਰਮਾਤਮਾ ਕਈ ਕੋਟ ਕਵਿ ਕਾਵਿ ਵਿਚਾਰੇ, ਕਰਦੇ ਨੇ ਤੇਰੇ ਕਈ ਵਿਚਾਰ ਕਵਿਤਾ ਦੇ ਰਾਹੀਂ, ਸ਼ਾਇਰੀ ਦੇ ਰਾਹੀਂ। ਸੰਸਕ੍ਰਿਤ ਦਾ ਲਫ਼ਜ਼ ਹੈ ਰਿਸ਼ੀ, ਤੇ ਰਿਸ਼ੀ ਦੇ ਅਰਥ ਨੇ ਕਵੀ। ਇਹ ਜਿੰਨੇ ਭਗਤਾਂ ਦੀ ਬਾਣੀ, ਰਿਸ਼ੀ ਮੁਨੀਆਂ ਦੀ ਬਾਣੀ ਹੈ। ਰਿਸ਼ੀ ਮੁਨੀ ਇਕੱਠਾ ਸ਼ਬਦ ਕਿਉਂ ਕਹਿੰਦੇ ਆ? ਜਿਨ੍ਹਾਂ ਦਾ ਮਨ ਚੁੱਪ ਕਰ ਗਿਆ, ਮੌਨ ਕਰ ਧਾਰਨ ਕਰ ਗਿਆ ਰਿਸ਼ੀ, ਹੁਣ ਇਹਦੇ ਅੰਦਰ ਉਹ ਕਲਾ ਫੁੱਟੇਗੀ, ਕੁਛ ਨਾ ਕੁਛ ਫੁੱਟੇਗਾ। ਭਾਵੇਂ ਖੱਡੀ 'ਤੇ ਬੈਠ ਕੇ ਕੱਪੜੇ ਬੁਣਦਾ, ਇਸ ਕਬੀਰ ਦੇ ਅੰਦਰ ਉਹ ਸੰਗੀਤ ਵੀ ਨਿਕਲੇਗਾ, ਗੀਤ ਵੀ ਨਿਕਲੇਗਾ। ਭਾਵੇਂ ਚੌਕ ਦੇ 'ਚ ਬੈਠ ਕੇ ਰਵਿਦਾਸ ਜੁੱਤੀਆਂ ਗੰਢਦਾ ਹੈ, ਗੁਸਤਾਖੀ ਮਾਫ਼, ਕਿਉਂਕਿ ਸਵਯਮ ਆਪਣੇ ਆਪ ਨੂੰ ਚਮਾਰ ਕਹਿੰਦੇ ਨੇ, ਤਾਂ ਇਸ ਚਮਾਰ ਦੇ ਅੰਦਰ ਉਹ ਸੰਗੀਤ ਵੀ ਫੁੱਟੇਗਾ, ਗੀਤ ਵੀ ਫੁੱਟੇਗਾ। ਸਾਰੀ ਬਾਣੀ ਗੀਤ ਦੇ 'ਚ ਹੈ, ਸੰਗੀਤ ਦੇ 'ਚ। ਠੀਕ ਕਹਿੰਦੇ ਨੇ ਰਾਬਿੰਦਰ ਨਾਥ ਟੈਗੋਰ, ਜਿਹਨੂੰ ਸੰਗੀਤ ਚੰਗਾ ਨਹੀਂ ਲੱਗਦਾ, ਕਵਿਤਾ ਚੰਗੀ ਨਹੀਂ ਲੱਗਦੀ, ਕਹਿੰਦਾ ਇਸ ਨੂੰ ਮਨੁੱਖ ਕਹਿਣ ਦੀ ਲੋੜ ਕੀ ਹੈ? ਇਹਦੇ ਕੋਲ ਦਿਲ ਨਹੀਂ ਹੋਵੇਗਾ, ਪੱਥਰ ਹੋਵੇਗਾ। ਇਹਦੇ ਕੋਲ ਦਿਮਾਗ ਨਹੀਂ ਹੋਵੇਗਾ, ਪੱਥਰ ਹੋਵੇਗਾ। ਭਾਵੇਂ ਅਹਿਲੇ ਇਸਲਾਮ ਦੇ ਸੰਗੀਤ ਦੀ ਮੁਮਾਨੀਅਤ ਹੈ, ਲੇਕਿਨ ਮੁਹੰਮਦ ਸਾਹਿਬ ਦੇ ਅੰਦਰੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ ਨੇ ਸੰਗੀਤ ਵਿੱਚ, ਰਾਗ ਵਿੱਚ ਨਿਕਲੀਆਂ। ਜਦ ਵੀ ਕੋਈ ਕੁਰਾਨ ਦੀ ਤਲਾਵਤ ਕਰ ਰਿਹਾ ਹੁੰਦਾ ਹੈ, ਯਕੀਨ ਜਾਨੋ ਸੰਗੀਤ 'ਤੇ ਟਪਕਦਾ। ਜਦ ਕੋਈ ਮੁਨਾਰੇ 'ਤੇ ਚੜ੍ਹ ਕੇ ਮੌਲਵੀ ਬਾਂਗ ਦਿੰਦਾ, ਸੰਗੀਤ 'ਤੇ ਟਪਕਦਾ।
ਅਮੀਰ ਖੁਸਰੋ ਇਸ ਨੂੰ ਇੰਝ ਕਹਿੰਦਾ, ਛੁਪ ਗਏ ਵੋ ਸਾਜ਼ੇ ਹਸਤੀ ਛੇੜ ਕਰ, ਅਬ ਤੋ ਬਸ ਆਵਾਜ਼ ਹੀ ਆਵਾਜ਼। ਹੇ ਪ੍ਰਭੂ, ਤੇਰੇ ਇੱਕ ਨੂਰ ਦੀ ਝਲਕ ਮਿਲੀ ਸੀ, ਉਹ ਤੇ ਖੋ ਗਈ, ਪਰ ਤੇਰੀ ਆਵਾਜ਼ ਮੈਂ ਸੁਣ ਰਿਹਾ। ਸੰਗੀਤਮਈ ਹੈ, ਗੀਤਮਈ ਹੈ, ਤੇਰੀ ਆਵਾਜ਼ ਗੀਤ ਹੈ, ਤੇਰੀ ਆਵਾਜ਼ ਸੰਗੀਤ ਹੈ। ਲਫ਼ਜ਼ ਉੱਥੇ ਰੂਹ ਹੈ, ਰੂਹ ਦੀ ਆਵਾਜ਼ ਗੀਤ ਹੈ, ਸੰਗੀਤ। ਹੇ ਪ੍ਰਭੂ, ਇਹ ਤੇਰੀ ਆਵਾਜ਼ ਹੈ, ਗੀਤ, ਸੰਗੀਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਨਾ ਨਾਦ ਨਾ ਵੇਦ ਗੇ ਰਸ, ਰਸ ਕਸ ਨਾ ਜਾਣ, ਨਾਦ ਦੀ ਸਮਝ ਹੀ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਵਿਸਮਾਦ ਨਾਦ। ਹੇ ਪ੍ਰਭੂ, ਮੈਂ ਸੰਗੀਤ ਸੁਣ ਕੇ ਵਿਸਮਾਦਮਈ ਹੋ ਜਾਂਦਾ, ਆਵਾਜ਼ ਵਿੱਚ ਇਤਨੀ ਲੈ ਬੱਤ, ਆਵਾਜ਼ ਵਿੱਚ ਇਤਨੀ ਕਸ਼ਿਸ਼, ਇਤਨੀ ਲੈ ਬੱਤ। ਆਵਾਜ਼ ਤਰਤੀਬ ਦੇ ਚ ਹੋ ਜਾਏ, ਸੰਗੀਤ ਬਣ ਜਾਂਦੀ ਹੈ, ਅੱਖਰ ਤਰਤੀਬ ਦੇ ਚ ਹੋ ਜਾਣ, ਕਵਿਤਾ ਬਣ ਜਾਂਦੀ ਹੈ, ਸ਼ਾਇਰੀ ਬਣ ਜਾਂਦੀ। ਕਵੀ ਨੂੰ ਰਿਸ਼ੀ ਆਖਿਆ ਗਿਆ, ਰਿਸ਼ੀ ਕਵੀ ਹੈ, ਕਵੀ ਰਿਸ਼ੀ ਹੈ, ਅੰਤਰਾ ਕੀ ਹੈ? ਰਿਸ਼ੀ ਜਿਹਦੀ ਜ਼ਿੰਦਗੀ ਦੇ ਚਾਨਣਾ ਹੋ ਗਿਆ, ਸੂਰਜ ਉਦੇ ਹੋ ਗਿਆ, ਪ੍ਰਕਾਸ਼ ਹੋ ਗਿਆ। ਕਵੀ ਜਿਹਦੀ ਜ਼ਿੰਦਗੀ ਚਾਨਣਾ ਕਦੀ ਕਦੀ ਇਸ ਤਰ੍ਹਾਂ ਹੁੰਦਾ ਜਿਵੇਂ ਅੰਧੇਰੇ 'ਚ ਬਿਜਲੀ ਚਮਕਦੀ ਹੈ। ਜਦੋਂ ਬਿਜਲੀ ਚਮਕਦੀ ਹੈ, ਉਸ ਦੇ ਅੰਦਰੋਂ ਵੀ ਕੁਝ ਗੀਤ ਜਨਮ ਲੈਂਦੇ, ਉਸ ਦੇ ਅੰਦਰੋਂ ਵੀ ਕੋਈ ਰਾਗ ਜਨਮ ਲੈਂਦਾ। ਉਸ ਵਕਤ ਉਹ ਰਿਸ਼ੀ ਜੈਸਾ ਹੁੰਦਾ ਹੈ, ਪਰ ਜੈਸੇ ਚਮਕਦੀ ਹੈ ਬਿਜਲੀ, ਛੁਪ ਜਾਂਦੀ ਹੈ, ਬੰਦ ਹੋ ਜਾਂਦੀ ਹੈ ਫਿਰ ਅੰਧੇਰੇ 'ਚ। ਕਵੀ ਕਈ ਦਫ਼ਾ ਆਮ ਮਨੁੱਖਾਂ ਨਾਲੋਂ ਵੀ ਥੱਲੇ ਜੀਵਦਾ ਹੈ, ਇਹ ਵੀ ਮਹਿਸ ਕਰਦੇ ਹਾਂ। ਹੋ ਸਕਦਾ ਹੈ ਆਮ ਮਨੁੱਖ ਕੁਝ ਨੈਤਿਕਤਾ ਰੱਖਦਾ ਹੋਵੇ, ਉਹ ਕਿਸੇ ਨੈਤਿਕਤਾ ਦੀ ਪਾਲਣਾ ਨਹੀਂ ਕਰਦਾ। ਸਮਾਜ ਦੇ ਤਲ 'ਤੇ ਜਿਹੜੀ ਨੈਤਿਕਤਾ ਹੈ, ਆਮ ਕਵੀ ਸ਼ਾਇਰ ਉਸਦੀ ਵੀ ਪਾਲਣਾ ਨਹੀਂ ਕਰਦਾ। ਪਤਾ ਹੈ ਕਿਉਂ? ਜਿਸ ਵਕਤ ਉਹ ਬਿਜਲੀ ਚਮਕਦੀ ਹੈ, ਰੋਸ਼ਨੀ ਆਉਂਦੀ, ਉਹ ਬੜੀਆਂ ਬੁਲੰਦੀਆਂ ਨੂੰ ਦੇਖ ਲੈਂਦਾ, ਬੜੀਆਂ ਉੱਚਾਈਆਂ ਨੂੰ ਦੇਖ ਲੈਂਦਾ। ਔਰ ਜਦੋਂ ਛਲਕ ਛੁਪਦੀ ਹੈ, ਉਹ ਜਿਹੜੀ ਝਲਕ ਉਸਨੂੰ ਮਿਲਦੀ ਹੈ, ਸਮਾਜ ਦੀ ਨੈਤਿਕਤਾ ਨਾਲੋਂ ਬੜੀ ਉੱਚੀ ਹੈ, ਬੜੀ ਉੱਚੀ ਹੈ। ਜੈਸੇ ਉਹ ਝਲਕ ਉਸਦੇ ਕੋਲ ਚਲੀ ਜਾਂਦੀ ਹੈ, ਸਮਾਜ ਦੀ ਨੈਤਿਕਤਾ ਵੀ ਉਸਨੂੰ ਬੇਮੈਨੀ ਦਿਸਦੀ, ਆਪਣੀ ਜ਼ਿੰਦਗੀ ਵੀ ਬੇਮੈਨੀ ਦਿਸਦੀ। ਇਸ ਵਾਸਤੇ ਅਕਸਰ ਸ਼ਾਇਰ ਲੋਕ, ਕਵੀ ਲੋਕ ਸ਼ਰਾਬ ਦੇ ਡੁੱਬ ਜਾਂਦੇ, ਹੈਰਾਨਗੀ ਆਉਂਦੀ, ਐਸਾ ਕੌਣ? ਉਹ ਰਿਸ਼ੀ ਆਉਂਦੇ ਨੇ ਕਿਸੇ ਵਕਤ, ਕਿਸੇ ਪਲ, ਹਰ ਵਕਤ ਨਹੀਂ ਆਉਂਦੇ। ਪਰ ਜੋ ਹਰ ਵਕਤ, ਜਿਸਦੀ ਜ਼ਿੰਦਗੀ ਚਾਨਣਾ ਬਣਿਆ ਹੋਇਆ, ਉਸਨੂੰ ਰਿਸ਼ੀ ਆਖਿਆ ਗਿਆ। ਅਵਤਾਰੀ ਪੁਰਸ਼, ਬੜੇ ਬੜੇ ਸੰਤ ਜਨ, ਭਗਤ ਜਨ, ਪਰਮਾਤਮਾ ਉਹਨਾਂ ਦੇ ਅੰਦਰੋਂ ਪ੍ਰਗਟ ਹੋਇਆ ਹੈ, ਗੀਤ ਬਣ ਕੇ, ਸੰਗੀਤ ਬਣ ਕੇ। ਪਰ ਜਿਨ੍ਹਾਂ ਜਿਨ੍ਹਾਂ ਕਵੀ ਸ਼ਾਇਰਾਂ ਦੀ ਜ਼ਿੰਦਗੀ 'ਚ ਕਿਸੇ ਵਕਤ ਬਿਜਲੀ ਚਮਕੀ, ਉਸ ਰੋਸ਼ਨੀ 'ਚ ਜੋ ਕੁਛ ਉਹਨਾਂ ਕੋਲ ਪ੍ਰਗਟ ਹੋਇਆ, ਬਹੁਤ ਕੁਛ ਲਿਆ ਜਾ ਸਕਦਾ, ਉਸ ਬੜਾ ਕੁਛ ਲਿਆ ਜਾ ਸਕਦਾ।
ਇਸ ਤਰ੍ਹਾਂ ਦੇ ਕਵੀ ਹਰ ਕੌਮ ਦੇ ਛੋਏ। ਤਿੰਨ ਕਵੀਆਂ ਨੂੰ ਮੁਸ਼ਾਬਿਹਤ ਦਿੱਤੀ ਜਾਂਦੀ ਹੈ, ਭਾਈ ਸਾਹਿਬ ਭਾਈ ਵੀਰ ਸਿੰਘ, ਡਾਕਟਰ ਮੁਹੰਮਦ ਇਕਬਾਲ ਔਰ ਰਾਬਿੰਦਰ ਨਾਥ ਟੈਗੋਰ। ਕਹਿੰਦੇ ਨੇ ਬਰਾਬਰੀ ਪੱਧਰ ਦੇ ਨੇ, ਇੱਕੋ ਹੀ ਪੱਧਰ ਦੇ ਨੇ। ਟੈਗੋਰ ਸੰਸਕ੍ਰਿਤ, ਬੰਗਾਲੀ ਅਤੇ ਬ੍ਰਿਜ ਭਾਸ਼ਾ ਹਿੰਦੀ ਦਾ ਕਵੀ ਹੈ। ਇਕਬਾਲ ਉਰਦੂ ਫਾਰਸੀ ਦੇ ਕਵੀ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਪੰਜਾਬੀ ਦੇ ਕਵੀ, ਪਰ ਤਿੰਨ ਉਹ ਕਵੀ ਨੇ ਜੋ ਰਿਸ਼ੀ ਹੋਣ ਦੀ ਅਵਸਥਾ ਵਿੱਚ ਖੜ੍ਹੇ ਨੇ, ਉੱਥੇ ਪੈਰ ਰੱਖੇ ਆ ਉਹਨਾਂ ਨੇ। ਇਹੀ ਕਾਰਨ ਹੈ ਕਿ ਉਹਨਾਂ ਦੀਆਂ ਨਜ਼ਮਾਂ, ਉਹਨਾਂ ਦੀਆਂ ਰਚਨਾਵਾਂ ਪੁਰਾਣੀਆਂ ਨਹੀਂ ਆਉਂਦੀਆਂ, ਨਵੀਨਤਾ ਬਣੀ ਹੋਈ, ਰਸ ਬਣੇ ਹੋਇਆ, ਕਿਉਂਕਿ ਆਈਆਂ ਉਸ ਤੋਂ ਨੇ ਜੋ ਨਿਤ ਨਵਾਂ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ। ਇਸ ਤਰ੍ਹਾਂ ਦੇ ਕਵੀ ਸਮਦ੍ਰਿਸ਼ਟ ਹੋ ਜਾਂਦੇ ਨੇ। ਸੁਣੀਏ ਮੰਨੀਏ, ਸੁਣ ਰਿਹਾ ਅਤੇ ਮਨ ਨੇ ਮੰਨ ਲਿਆ, ਮਨ ਦਾ ਹਿੱਸਾ ਬਣੇਗਾ, ਨਹੀਂ ਤੇ ਨਹੀਂ, ਨਹੀਂ ਤੇ ਨਹੀਂ। ਸੁਣਿਆ ਹੋਇਆ ਭਾਵੇਂ ਸਾਰੀ ਜ਼ਿੰਦਗੀ ਸੁਣਿਆ ਅਤੇ ਭਾਵੇਂ ਸਾਰੀ ਜ਼ਿੰਦਗੀ ਪਾਠ ਕੀਤਾ, ਮਨ ਨੇ ਨਹੀਂ ਮੰਨਿਆ, ਉਹ ਮਨ ਦਾ ਹਿੱਸਾ ਹੀ ਨਹੀਂ ਬਣਿਆ। ਭਾਵੇਂ ਇੱਕ ਪੰਕਤੀ ਜ਼ਿੰਦਗੀ ਨੂੰ ਰੋਸ਼ਨ ਕਰ ਸਕਦੀ ਹੈ। ਇੱਕੋ ਹੀ ਸ਼ਬਦ ਸੱਜਣ ਠੱਗ ਨੇ ਸੁਣਿਆ ਸੀ ਕੇਵਲ ਗੁਰੂ ਨਾਨਕ ਕੋਲ, ਇੱਕੋ ਹੀ ਸ਼ਬਦ, ਅੰਦਰ ਦੀ ਸਾਰੀ ਮੈਲ ਦੁੱਲ ਗਈ। ਪਰ ਵਾਕਈ ਸਰੋਤਾ, ਸਰੋਤਾ ਸਿੱਖ ਬਣ ਸਕਦਾ, ਦੂਜਾ ਨਹੀਂ। ਸੁਣਨਾ, ਸੁਣ, ਕੌਣ ਸੁਣ ਸਕਦਾ, ਕੌਣ ਸੁਣੇਗਾ? ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਮੈਂ ਸਿੱਖਣਾ ਚਾਹੁੰਦਾ। ਤੋ ਸਿੱਖਣ ਦੀ ਸ਼ੈਲੀ ਸੁਣਨ ਤੋਂ ਆਰੰਭ ਹੋਵੇ। ਗੁਰੂ ਨੂੰ ਸੁਣਨਾ, ਗੁਰੂ ਸੁਣਨ ਦਾ ਵਿਸ਼ਾ। ਅਗਰ ਇਹ ਸੁਣ ਰਿਹਾ, ਵਾਕਈ ਸੁਣ ਰਿਹਾ, ਔਰ ਇਸਦੇ ਮਨ ਨੇ ਸੁਣ ਕੇ ਮੰਨ ਲਿਆ, ਜਿੰਨੀ ਸੁਣ ਕੇ ਮੰਨਿਆ ਉਹ ਤਿੰਨ ਬਲ ਹਾਰੇ ਜਾਓ। ਮਹਾਰਾਜ ਕਹਿੰਦੇ ਮੈਂ ਸਦਕੇ ਜਾਣਾ, ਸੁਣ ਕੇ ਮੰਨਿਆ ਹੀ ਤਾਂ ਮਨ ਦਾ ਹਿੱਸਾ ਬਣ ਜਾਏਗਾ। ਭਰੋਸਾ ਬਚ ਜਾਏਗਾ, ਭਰੋਸਾ ਸੁਣ ਕੇ ਹੀ ਬਣਦਾ। ਹੁਣ ਮੈਂ ਅਰਜ਼ ਕਰਾਂ, ਉਸ ਤੋਂ ਵਿਰੋਧੀ ਕੁਝ ਸੁਣ ਕੇ ਅਗਰ ਉਹ ਮੰਨ ਲਿਆ ਤਾਂ ਭਰੋਸਾ ਟੁੱਟ ਵੀ ਸਕਦਾ। 10 ਸਾਲ ਕਥਾ ਸੁਣ ਰਿਹਾ ਸੀ, ਕਿਸੇ ਕੋਲ ਉਸ ਤੋਂ ਵਿਪਰੀਤ ਸੁਣ ਲਿਆ, ਭਰੋਸਾ ਟੁੱਟ ਵੀ ਸਕਦਾ। 10 ਸਾਲ ਤੋਂ ਕੀਰਤਨ ਸੁਣ ਰਿਹਾ ਸੀ, ਗੁਰਬਾਣੀ ਸੁਣ ਰਿਹਾ ਸੀ, ਅਤੇ ਸੁਣਦਿਆਂ ਮੰਨ ਕੇ ਭਰੋਸਾ ਬਣ ਗਿਆ, ਹਾਂ ਪ੍ਰਭੂ ਹੈ, ਭਰੋਸਾ ਬਣ ਗਿਆ। ਇਹ ਭਰੋਸਾ ਟੁੱਟ ਸਕਦਾ, ਇਸ ਭਰੋਸੇ ਨੂੰ ਕੋਈ ਡੁਲਾਏਮਾਨ ਕਰ ਸਕਦਾ, ਕੋਈ ਪ੍ਰਬਲ ਦਲੀਲ ਨਾਲ ਉਸ ਤੋਂ ਵਿਪਰੀਤ ਗੱਲ ਆਖ ਦੇਵੇ ਅਤੇ ਉਸਦਾ ਮਨ ਮੰਨ ਲਵੇ, ਭਰੋਸਾ ਟੁੱਟ ਜਾਂਦਾ। ਬੜੇ ਬੜਿਆਂ ਦੇ ਭਰੋਸੇ ਟੁੱਟਦੇ ਮੈਂ ਦੇਖੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਬਹੁਤ ਵੱਡੀ ਗੱਲ ਨਹੀਂ ਹੈ ਭਰੋਸੇ ਦਾ ਟੁੱਟ ਜਾਣਾ, ਟੁੱਟ ਜਾਂਦਾ। ਅਗਰ ਕਿਸੇ ਨੂੰ ਸੁਣ ਕੇ ਭਰੋਸਾ ਨਹੀਂ ਟੁੱਟਿਆ, ਹੋ ਸਕਦਾ ਸੰਸਾਰ ਦਾ ਕੋਈ ਗਹਿਰਾ ਦੁੱਖ ਭਰੋਸੇ ਨੂੰ ਤੋੜ ਕੇ ਰੱਖ ਦੇ। ਇੱਕ
ਕਿਸ ਤਰ੍ਹਾਂ ਰੱਬ ਨੂੰ ਮੰਨਦਾ ਹੀ ਨਹੀਂ, ਕਿਸ ਤਰ੍ਹਾਂ ਰੱਬ ਹੋ ਸਕਦਾ, ਪਰਮਾਤਮਾ ਕਿਸ ਤਰ੍ਹਾਂ ਹੋ ਸਕਦਾ। ਇੰਨਾ ਦੁੱਖ, ਇੰਨਾ ਦੁੱਖ। ਭਰੋਸਾ ਤੋੜਨ ਵਾਸਤੇ ਹਜ਼ਾਰਾਂ ਸਾਧਨ ਬਾਹਰ ਮੌਜੂਦ ਨੇ, ਭਰੋਸਾ ਜੋੜਨ ਵਾਸਤੇ ਤਾਂ ਕੇਵਲ ਸਤਸੰਗ ਦਾ, ਹੋਰ ਕੁਛ ਵੀ ਨਹੀਂ, ਕੇਵਲ ਗੁਰੂ ਨੂੰ ਸੁਣਨ। ਭਰੋਸਾ ਟੁੱਟ ਸਕਦਾ, ਪਰ ਬਾਰ ਬਾਰ ਸੁਣਿਆ ਹੋਇਆ ਜੋ ਮੰਨਿਆ ਗਿਆ, ਮੰਨ ਕੇ ਜੋ ਭਰੋਸਾ ਬਣਿਆ, ਅਤੇ ਭਰੋਸਾ ਬਣ ਕੇ ਭਾਵਨਾ ਬਣ ਗਏ, ਭਗਤੀ ਬਣ ਗਏ। ਹੁਣ ਇਹਦੇ ਤਨ ਦੇ ਟੁਕੜੇ ਟੁਕੜੇ ਤਾਂ ਹੋ ਸਕਦੇ ਨੇ, ਭਰੋਸਾ ਟੁੱਟੇਗਾ ਨਾ। ਹੁਣ ਇਹ ਉਬਲਦੀ ਦੇਗ ਦੇ ਵਿੱਚ ਉਬਲ ਸਕਦਾ, ਇਹਦਾ ਭਰੋਸਾ ਨਹੀਂ ਟੁੱਟੇਗਾ, ਇਹ ਸਮਦ੍ਰਿਸ਼ਟ ਹੋ ਜਾਏਗਾ। ਇਹ ਜਲਾਦ ਦੇ ਵਿੱਚ ਵੀ ਪਰਮਾਤਮਾ ਨੂੰ ਦੇਖੇਗਾ, ਅਗਰ ਕਿਸੇ ਨੇ ਇਸਦੇ ਟੁਕੜੇ ਕੀਤੇ, ਇਹ ਉਹਦੇ ਵਿੱਚ ਵੀ ਪਰਮਾਤਮਾ ਨੂੰ ਵੇਖੇਗਾ। ਜੋ ਦੀ ਸਹਿ ਸੋ ਤੇਰਾ ਰੂਪ ਕਰਕੇ ਹੋ ਜਾਏਗਾ, ਸਮਦ੍ਰਿਸ਼ਟ ਹੋ ਜਾਏਗਾ। ਜੈਸੇ ਭਗਵਾਨ ਸਮਦ੍ਰਿਸ਼ਟ ਹੈ, ਭਗਤ ਸਮਦ੍ਰਿਸ਼ਟ ਹੋ ਜਾਂਦਾ। ਸਮਦ੍ਰਿਸ਼ਟੀ ਪਹਿਚਾਣ ਹੈ ਕਿ ਇਹਦਾ ਸੁਣਿਆ ਹੋਇਆ ਮਨ ਤੋਂ ਅੱਗੇ ਲੰਘ ਕੇ, ਭਰੋਸੇ ਤੋਂ ਅੱਗੇ ਲੰਘ ਕੇ ਭਾਵਨਾ ਬਣ ਗਿਆ, ਇਹ ਭਗਤ ਹੈ। ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਭਗਤ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂ? ਭਗਤ ਭਗਵਾਨ ਜੈਸਾ ਹੈ, ਭਗਤ ਪਰਮਾਤਮਾ ਜੈਸਾ, ਭਗਤ ਈਸ਼ਵਰ ਜੈਸਾ। ਸਮਦ੍ਰਿਸ਼ਟ ਹੋ ਜਾਂਦਾ, ਉਹਦੇ ਲਈ ਸਭ ਕੁਛ ਈਸ਼ਵਰਮਈ ਹੋ ਜਾਂਦਾ। ਇਹ ਵਿਸ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਤਰ੍ਹਾਂ ਤਰ੍ਹਾਂ ਦੇ ਵਿਤਕਰਿਆਂ ਵਿੱਚ ਜੀਣ ਵਾਲੇ ਮਨੁੱਖ ਹੋ ਸਕਦਾ ਅਜੇ ਭਰੋਸੇ 'ਚ ਵੀ ਨਹੀਂ ਜੀ ਰਹੇ, ਅਜੇ ਸੁਣੀ ਹੋਈ ਬਾਣੀ ਮਨ ਦਾ ਹਿੱਸਾ ਨਹੀਂ ਬਣੀ, ਸਰੋਤੇ ਵੀ ਨਹੀਂ ਹੈ। ਸੁਣੀਏ ਮੰਨੀਏ, ਮਨ ਕੀਤਾ ਬਾ। ਭਾਵਨਾ ਸੁਣ ਕੇ ਜਿਸ ਦੀ ਬਣ ਗਈ ਹੈ, ਸੁਣ ਕੇ ਜਿਸ ਦਾ ਭਰੋਸਾ ਬਣ ਗਿਆ, ਖਤਰੇ 'ਚ ਹੈ, ਭਰੋਸਾ ਟੁੱਟ ਵੀ ਸਕਦਾ, ਕੋਈ ਤੋੜ ਕੇ ਰੱਖ ਦੇ। ਔਰ ਮੈਂ ਇਸ ਜ਼ਿੰਦਗੀ ਦੇ 'ਚ ਅੰਦਾਜ਼ਨ 46-47 ਸਾਲ ਹੋ ਗਏ ਨੇ ਮੈਨੂੰ ਕਥਾ ਕਰਦੇ, ਮੈਂ ਚੰਗੇ ਚੰਗੇ ਬੰਦੇ ਦੇਖੇ ਜਿਨ੍ਹਾਂ ਦੇ ਭਰੋਸੇ ਟੁੱਟ ਗਏ, ਗੁਰੂ ਤੋਂ ਭਰੋਸੇ ਟੁੱਟ ਗਏ, ਗੁਰਦੁਆਰੇ ਤੋਂ ਭਰੋਸੇ ਟੁੱਟ ਗਏ, ਪਰਮਾਤਮਾ ਤੋਂ ਭਰੋਸੇ ਟੁੱਟ ਗਏ। ਕਈਆਂ ਦੇ ਤਾਂ ਬਹੁਤ ਛੋਟੀ ਛੋਟੀ ਗੱਲ 'ਤੇ ਵੀ ਟੁੱਟੇ। ਇਹ ਪਿਛਲੇ ਸਾਲ ਦੀ ਗੱਲ, ਕੈਲੀਫੋਰਨੀਆ 'ਚ ਇੱਕ ਸੱਜਣ ਨੇ ਅਖੰਡ ਪਾਠ ਰਖਾਇਆ, ਔਰ ਤਿੰਨੇ ਦਿਨ ਗੁਰਦੁਆਰੇ ਬੜੀ ਰੌਣਕ, ਦੋ ਹਾਲ ਸਨ, ਇੱਕ ਦੇ 'ਚ ਪਾਠ ਚੱਲਦਾ ਰਿਹਾ, ਇੱਕ ਦੇ 'ਚ ਕਥਾ ਕੀਰਤਨ ਚੱਲਦਾ ਰਿਹਾ, 24 ਘੰਟੇ ਲੰਗਰ ਚੱਲਦਾ ਰਿਹਾ। ਗੁਰਦੁਆਰੇ ਦੇ ਜੋ ਕੁਛ ਚਾਹੀਦਾ ਸੀ ਉਸਨੇ ਪੁਚਾਇਆ, ਔਰ ਬਹੁਤ ਕੁਛ ਨਵਾਂ ਬਣਾ ਦਿੱਤਾ ਉਹਨੇ, ਅਥਾਹ ਉੱਥੇ ਦਾਨ ਕੀਤਾ। ਬੜੀ ਉਸਦੀ ਮਹਿਮਾ ਵੀ ਹੋਈ। ਦਾਸ ਵੱਖ ਵੱਖ ਸ਼ਹਿਰਾਂ ਤੋਂ ਵਿਚਰਦਾ ਹੋਇਆ ਜਦ ਫਰੀਮਾਉਂਟ ਪਹੁੰਚਿਆ, ਸੁਤੇ ਸਿੱਤ ਉੱਥੇ ਉਸਦਾ ਮਿਲਣਾ ਹੋ ਗਿਆ। ਇੱਕ ਅੰਦਾਜ਼ੇ ਦੇ ਮੁਤਾਬਕ ਮਹੀਨਾ ਹੋ ਗਿਆ ਸੀ, ਦਾਸ ਲੋਸ ਐਂਜਲਸ ਹੋਰ ਕਈ ਸ਼ਹਿਰਾਂ ਤੋਂ ਹੋ ਕੇ ਉੱਥੇ ਪਹੁੰਚੇ।
ਮੈਨੂੰ ਕਹਿਣ ਲੱਗਾ ਆਪਣਾ ਤਾਂ ਹੁਣ ਯਕੀਨ ਨਹੀਂ ਰਹਿ ਗਿਆ, ਗੱਲ ਖਤਮ। ਮੈਂ ਕਿਹਾ ਹੱਦ ਹੋ ਗਈ, ਹਜ਼ਾਰਾਂ ਡਾਲਰ ਉਸ ਦਿਨ ਆ ਕੇ ਖਰਚ ਕੀਤੇ ਨੇ ਤੁਸੀਂ, ਭਾਂਡੇ ਨਵੇਂ ਬਣਾਏ, ਕਾਰਪੇਟ ਨਵਾਂ ਤੁਸੀਂ ਵਿਛਾ ਦਿੱਤਾ, ਇਤਨੀ ਰੌਣਕ, ਪਾਠੀਆਂ ਨੂੰ ਤੁਸੀਂ ਖੁੱਲ੍ਹੀ ਮਾਇਆ ਦਿੱਤੀ, ਲੰਗਰ ਤੁਸੀਂ ਉਹ ਚਲਾਇਆ ਜੋ ਵਿਆਹ ਸ਼ਾਦੀਆਂ ਦੇ ਸਿਲਸਿਲਾ ਨਹੀਂ ਬਣਦਾ, ਗੱਲ ਕੀ ਹੋ ਗਈ? ਕਹਿਣ ਲੱਗੇ ਮਸਕੀਨ ਜੀ ਆਪਾਂ ਮੁਕੱਦਮੇ 'ਚ ਹਾਰ ਗਏ, ਸਾਡਾ ਨਿਸ਼ਚਾ ਟੁੱਟ ਗਿਆ, ਭਰੋਸਾ ਹੀ ਟੁੱਟ। ਇੰਨੀ ਜਿਹਾ ਗੱਲ ਨਾ, ਇੰਨੀ ਜਿਹਾ ਗੱਲ, ਜਿਸ ਦਾ ਭਰੋਸਾ ਵਜੇ ਹੈ ਖਤਰੇ 'ਚ ਹੈ, ਕੋਈ ਤੋੜ ਕੇ ਰੱਖ ਸਕਦਾ, ਕੋਈ ਦੁੱਖ ਭਰੋਸੇ ਨੂੰ ਤੋੜ ਕੇ ਰੱਖਦੇ, ਕੋਈ ਲੈਕਚਰਾਰ, ਕੋਈ ਕਥਾਕਾਰ ਉਸ ਤੋਂ ਵਿਪਰੀਤ ਗੱਲ ਕਹਿ ਕੇ ਪਰਮਾਤਮਾ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ, ਗੁਰੂ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ। ਔਰ ਭਰੋਸੇ ਟੁੱਟਦੇ ਹੋਏ ਮੈਂ ਦੇਖੇ ਨੇ, ਇਹ ਵੀ ਮੈਂ ਅਰਜ਼ ਕਰਦੀ। ਉਹ ਆਪਣੇ ਆਪ ਨੂੰ ਖਤਰੇ 'ਚ ਸਮਝੇ, ਜਿੰਨੇ ਚਿਰ ਤੱਕ ਭਰੋਸਾ ਭਾਵਨਾ ਨਹੀਂ ਬਣਦਾ, ਭਗਤੀ ਨਹੀਂ ਬਣਦਾ, ਭਗਤ ਦਾ ਭਰੋਸਾ ਨਹੀਂ ਟੁੱਟਦਾ, ਭਗਤ ਤੇ ਭਗਵਾਨ ਦਾ ਰੂਪ ਹੋ ਜਾਂਦਾ, ਬੂੰਦ ਸਾਗਰ ਹੋ ਜਾਂਦੀ ਆ। ਹੁਣ ਜੋ ਹੈ ਉਹਦਾ ਭਰੋਸਾ ਟੁੱਟੇ ਉਹ ਤੇ ਆਪ ਪਰਮਾਤਮਾ ਵਰਗਾ ਹੋ ਗਿਆ ਹੈ, ਹਰ ਵਕਤ ਮਹਾਰਸ ਮਹਾਨੰਦ ਉਸਦੀ ਦੁਨੀਆ, ਉਹ ਗੀਤ ਦਾ ਰੂਪ ਹੋ ਗਿਆ, ਸੰਗੀਤ ਦਾ ਰੂਪ ਹੋ ਗਿਆ, ਆਨੰਦ ਦਾ ਰੂਪ ਹੋ ਗਿਆ, ਗਿਆਨ ਦਾ ਰੂਪ ਹੋ ਗਿਆ, ਔਰ ਸਮਦ੍ਰਿਸ਼ਟ ਹੋ ਗਿਆ। ਹੁਣ ਜਿੱਥੇ ਤੱਕ ਉਹ ਵੇਖਦਾ ਹੈ ਪਰਮਾਤਮਾ ਨੂੰ ਵੇਖਦਾ ਹੈ, ਔਰ ਜਿੱਥੇ ਤੱਕ ਸੁਣਦਾ ਹੈ ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਇਹ ਪ੍ਰਭੂ ਜਿਤਨੇ ਪੰਛੀ ਪਏ ਬੋਲਦੇ ਨੇ ਸਭ ਤੇਰੀ ਆਵਾਜ਼। ਹੁਣ ਤੇ ਮੈਨੂੰ ਇੰਝ ਲਿਖਦਾ ਹੈ ਇਹ ਵੀ ਤੈਨੂੰ ਹੀ ਜਪਦੇ ਪਏ ਨੇ, ਹੋਰ ਕੁਛ ਨਹੀਂ। ਇਹ ਸਾਰੀਆਂ ਆਵਾਜ਼ਾਂ ਹੇ ਪ੍ਰਭੂ ਇਹਦੇ 'ਚ ਵੀ ਤੂੰ ਹੈ, ਇਹ ਸਾਰੇ ਰੂਹ ਇਹਦੇ 'ਚ ਵੀ ਤੂੰ ਹੈ, ਇਹ ਅਵਸਥਾ ਬਣ ਜਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੈਂ ਸਮਦ੍ਰਿਸ਼ਟੀ ਤੁਹਾਡੇ ਸਾਹਮਣੇ ਰੱਖਾਂ ਅਤੇ ਸਮਾਪਤੀ ਕਰਾਂ, ਸਮਾਂ ਹੋ ਗਿਆ। ਮਹਾਰਾਜ ਕਹਿੰਦੇ ਕਤੋਂ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤੋਂ ਅਚਿੰਤ ਹੋਏ ਕੇ ਸੋਵਤ ਅਚੇਤੋ। ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਅਕਾਲ ਉਸਤਤ। ਹੇ ਪ੍ਰਭੂ ਕਿਧਰੇ ਤੇ ਤੂੰ ਬੜਾ ਸਾਵਧਾਨ ਸੁਚੇਤ ਹੈ, ਬੜਾ ਸਿਆਣਾ ਹੈ। ਕਤੋਂ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਤੂੰ ਆਪਣੀ ਚੇਤਨਾ ਨੂੰ ਚਾਰ ਕਹਿੰਦੇ ਨੇ, ਬੜੇ ਸੁੰਦਰ ਬੜੇ ਸੋਹਣੇ ਸੋਹਣੇ ਗੁਣਾਂ ਨਾਲ ਸੰਵਾਰਿਆ ਸ਼ਿੰਗਾਰਿਆ। ਕਥੋਂ ਅਚਿੰਤ ਹੋਏ ਕੇ ਸੋਵਤ ਅਚੇਤੋ, ਕਿਧਰੇ ਤੋਂ ਬਿਲਕੁਲ ਮੋੜ ਅਚੇਤ, ਕੁਛ ਵੀ ਨਹੀਂ ਜਾਣ, ਕੁਛ ਵੀ ਨਹੀਂ ਜਾਣ। ਹੈਰਾਨੀ ਦੀ ਹੈਰਾਨਗੀ। ਕਥੋਂ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ, ਕਹੋਂ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ। ਹੇ ਪ੍ਰਭੂ ਕਮਾਲ ਦੀ ਗੱਲ, ਕਿਧਰੇ ਤੋਂ ਮੰਗਤਾ ਬਣਿਆ ਹੈ, ਬਿਖਾਰੀ ਹੱਥ ਫੈਲਾਇਆ ਟੁਕੜਾ ਟੁਕੜਾ ਮੰਗਦਾ ਪਿਆ। ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਗੁਰੂ ਰਾਮਦਾਸ ਇਹ ਚੋਜੀ ਪਾਤਸ਼ਾਹ, ਕਿਧਰੇ ਤੂੰ ਦਾਤਾ ਬਣਿਆ ਕਿਧਰੇ ਬਿਖਾਰੀ, ਇਹ ਸਭ ਤੇਰੇ ਹੀ ਚੋਜ ਨੇ। ਸਮਦ੍ਰਿਸ਼ਟੀ
कतहों भिखारी ओए के मांगत फेरत भीक, कहो महादान ओए के मांगे धन देत हो, कहो महाराजन को दीजत अनंत दान, कहो महाराजन ते छीन चित लेत हो, कहो वेद रीत कहो तांस्यं विपरीत, कहो त्रिगुण अतीत कहो सरगुण समेत हो। इन्हां सैकड़े सवैयां दे चों दो चार मैं थोड़े सामने रखा धन गुरु गोबिंद सिंह जी महाराज, क्योंकि दसवें पातशाह नूं बहुत घट समझिया गया, बहुत घट पढ़िया गया, बहुत घट सुनिया गया। इस वास्ते मैं थोड़े सामने रखदा सिंगापुर विच एक सज्जन सिंधी मैनूं कहण लगा, गुरु नानक बड़े मीठे गुरु हैं, गुरु गोबिंद सिंह गुरु तो हैं पर बड़े कड़वे हैं, बहुत कड़वे हैं, हमारा तालमेल नहीं बैठता। ਸਿੱਧੇ ਲਫ਼ਜ਼ ਫਿਰ ਮੈਂ ਉਹਨਾਂ ਨੂੰ ਸੁਭਾਵ ਕਹਿ ਦਿੱਤਾ, ਜੇ ਇਤਨੇ ਕੜਵੇ ਨਾ ਆਉਂਦੇ ਤਾਂ ਭਾਰਤ ਵਿੱਚ ਹਿੰਦੂ ਧਰਮ 'ਤੇ ਰਹਿਣਾ ਹੀ ਨਹੀਂ ਸੀ, ਖਤਮ ਹੋ ਜਾਣਾ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੇ ਅਨਕੀ, ਐਸੀ ਬਖਸ਼ਿਸ਼ ਭਰੀ ਮੂਰਤੀ ਨਾ ਆਉਂਦੀ, ਗੀਤਾ ਪੁਰਾਣ ਵੇਦ ਖਤਮ ਹੋ ਜਾਣੇ ਸਨ, ਕੇਵਲ ਕੁਰਾਨ ਰਹਿਣੀ ਸੀ। ਜਨੇਊ ਤਿਲਕ ਮੰਦਰ ਠਾਕਰ ਦੁਆਰੇ ਖਤਮ ਹੋ ਜਾਣੇ ਸਨ, ਇੱਕੋ ਹੀ ਮਸਜਿਦ ਰਹਿਣੀ ਸੀ। ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਰਾਮਾਤ, ਉਹਨਾਂ ਦੀ ਮਿਹਰਬਾਨੀ, ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਤਪੱਸਿਆ, ਉਹਨਾਂ ਦੀ ਦੇਣ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮਦ੍ਰਿਸ਼ਟੀ ਨੂੰ ਨਹੀਂ ਦੇਖਿਆ ਗਿਆ, ਕਿਉਂਕਿ ਅਸੀਂ ਸੁਣਾਇਆ ਨਹੀਂ, ਅਸੀਂ ਸਮਝਾਇਆ ਨਹੀਂ। ਸਾਹਿਬ ਕਹਿੰਦੇ, ਕਹੋ ਜਛ ਗੰਧਰਵ ਉਰਗ ਕਹੋ ਬਿਦਿਆ ਦਲ, ਕਹੋ ਬਹਿ ਕਿਨਰ ਪਿਸਾਚ ਕਹੋ ਪ੍ਰੇਤ ਹੋ। ਹੇ ਪ੍ਰਭੂ, ਕਿਧਰੇ ਤੂੰ ਮਹਾਂਕਵੀਏ, ਕਿਧਰੇ ਤੂੰ ਮਹਾਂ ਸੰਗੀਤਕਾਰ, ਬਹੁਤ ਵੱਡਾ ਸੰਗੀਤਕਾਰ। ਉਹੀ ਗੱਲ ਜੋ ਗੁਰੂ ਨਾਨਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ, ਪਰ ਹੇ ਪ੍ਰਭੂ ਕਿਧਰੇ ਤੋਂ ਭੂਤ ਪ੍ਰੇਤ ਹੈ, ਪਿਸਾਚ ਹੈ, ਸਰੀਰ ਹੀ ਤੇਰੇ ਕੋਲ ਨਹੀਂ, ਰੂਹ ਭਟਕਦੀ ਪਈ। ਕਹੋ ਜਛ ਗੰਧਰਵ ਉਰਗ ਕਹੋ ਬਿਦਿਆਦਰ, ਕਹੋ ਭੈ ਕਿਨਰ ਪਿਸਾਚ ਕਹੋ ਪ੍ਰੇਤ ਹੋ, ਕਹੋ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਹੋ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇਤ ਹੋ। ਹੇ ਪ੍ਰਭੂ ਕਿਧਰੇ ਤੋਂ ਹਿੰਦੂ ਹੈ, ਤੂੰ ਹੀ ਹੈ, ਔਰ ਕੋਈ ਨਹੀਂ ਹੈ, ਤੂੰ ਹੀ ਹੈ। ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਪਰ ਹੇ ਪ੍ਰਭੂ ਕਿਧਰੇ ਤੂੰ ਮੁੱਲਾ ਹੈ, ਤੁਰਕ ਹੈ, ਮੁਨਾਰੇ 'ਤੇ ਚੜ ਕੇ ਬਾਂਗ ਪਿਆ ਦੇਣਾ। ਗੁਫਾ ਵਿੱਚ ਬੈਠ ਕੇ ਮੰਤਰਾਂ ਦਾ ਜਪ ਕਰਨ ਵਾਲੇ ਹੇ ਪ੍ਰਭੂ ਤੂੰ ਹੀ ਹੈ, ਮੁਨਾਰੇ 'ਤੇ ਚੜ ਕੇ ਬਾਂਗ ਦੇਣ ਵਾਲੇ ਹੇ ਪ੍ਰਭੂ ਤੂੰ ਹੀ। ਕਹੂੰ ਕੋ ਬਕਾਬ ਹੋਏ ਪੁਰਾਨ ਕੋ, ਪੜਤ ਮਤ ਕਤਹੋਂ ਕੁਰਾਨ ਕੋ, ਨਿਦਾਨ ਜਾਨ ਲੇਤ ਹੋ, ਕਹੋ ਬੇਦ ਰੀਤ ਕਹੋ ਤਾਂਸਮ ਵਿਪਰੀਤ, ਕਹੋ ਤ੍ਰਿਗੁਣ ਅਤੀਤ ਕਹੋ ਸਰਗੁਣ ਸਮੇਤ ਹੋ। ਇਹ ਪ੍ਰਭੂ ਮੈਂ ਦੇਖਦਾ ਕਿਧਰੇ ਤੂੰ ਪੁਰਾਣਾਂ ਦਾ ਪੰਡਿਤ ਹੈ, ਬੜਾ ਗਿਆਨੀ ਹੈ, ਬੜਾ ਗਿਆਤਾ ਹੈ, ਪਰ ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ, ਤੂੰ ਹੀ ਔਰ ਕੁਛ ਨਹੀਂ, ਤੂੰ ਹੀ ਹੈ। ਇਹਨਾਂ ਸਵਈਆਂ ਦੀ ਲੜੀਵਾਰ ਜੇ ਮੈਂ ਵਿਆਖਿਆ ਕੀਤੀ, ਸਮਾਂ ਆਪਣੇ ਢੰਗ ਨਾਲ ਚਲਾ ਜਾਂਦਾ। ਇੱਕ ਸਵਈਆ ਹੋਰ ਰੱਖਦੇ ਹਾਂ ਤੁਹਾਡੇ ਸਾਹਮਣੇ, ਕਵਿਤ
ਕਹੂੰ ਗੀਤ ਕੇ ਗਵਈਆ, ਦੁਆਪੁਰ ਦੇ ਚਲੇ ਗਏ ਬਿਰਤੀ ਧੰਨ ਗੁਰੂ ਗੋਬਿੰਦ ਸਿੰਘ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਵਜਈਆ, ਹੇ ਪ੍ਰਭੂ ਕਿਧਰੇ ਤੂੰ ਮਧੁਰ ਗੀਤ ਗਾਉਂਦਾ ਅਤੇ ਮੁਰਲੀ ਵਜਾਉਂਦਾ, ਬਾਸਰੀ ਵਜਾਉਂਦਾ। ਧੰਨ ਗੁਰੂ ਗੋਬਿੰਦ ਸਿੰਘ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਵਜਈਆ, ਕਹੂੰ ਨਿਰਤ ਕੇ ਨਚਈਆ, ਕਹੂੰ ਨਰ ਕੋ ਆਕਾਰ। ਕਿਧਰੇ ਆਕਾਰ ਤੇਰਾ ਪੁਰਸ਼ ਦਾ ਬੜਾ ਸੋਹਣਾ, ਨਿਰਤਕਾਰ ਹੈ, ਬਾਂਸਰੀ ਵਜਾ ਰਿਹਾ, ਗੀਤ ਗਾ ਰਿਹਾ, ਨਿਰਤ ਕਰ ਰਿਹਾ। ਕਹੂੰ ਬੇਦਬਾਨੀ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ ਕਹੂੰ ਰਾਣੀ, ਕਹੂੰ ਨਾਰ ਕੇ ਪ੍ਰਕਾਰ। ਪਰ ਹੇ ਪ੍ਰਭੂ ਕਿਧਰੇ ਤੂੰ ਨਾਰੀ ਦੀ ਤਰ੍ਹਾਂ, ਨਰ ਦੀ ਤਰ੍ਹਾਂ ਨਹੀਂ ਹੈ, ਇਸਤਰੀ ਦੀ ਤਰ੍ਹਾਂ, ਪੁਰਸ਼ ਦੀ ਤਰ੍ਹਾਂ ਨਹੀਂ ਹੈ। ਕਿਧਰੇ ਬੇਦ ਬਾਣੀ ਵਿੱਦਿਆ ਨਾਲ ਭਰੀ ਹੋਈ, ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦੀਆਂ ਕਹਾਣੀਆਂ ਤੂੰ ਕਰ ਰਿਹਾ, ਪਰ ਕਿਧਰੇ ਕੋਕ ਕੀ ਕਹਾਣੀ। ਆਪਦੀ ਗਿਆਤ ਲਈ ਅਰਜ਼ ਕਰਾਂ, ਕੋਕਾ ਪੰਡਿਤ ਨੇ ਕਾਮ ਸੂਤਰ ਇੱਕ ਗ੍ਰੰਥ ਲਿਖਿਆ। ਉਸ ਵਕਤ ਦੇ ਕੁਛ ਨੈਤਿਕ ਪੁਰਸ਼ਾਂ ਨੇ, ਸਿਆਣੇ ਪੁਰਸ਼ਾਂ ਨੇ ਕਿਹਾ ਸੀ, ਤੂੰ ਕੀ ਲਿਖ ਰਿਹਾ, ਤੂੰ ਰਿਸ਼ੀ ਹੈ, ਤੂੰ ਸੰਤ ਹੈ, ਕਾਮ 'ਤੇ ਲਿਖ ਰਿਹਾ। ਉਹਨੇ ਆਖਿਆ, ਜੇ ਕ੍ਰੋਧ 'ਤੇ ਲਿਖਿਆ ਜਾ ਸਕਦਾ ਹੈ ਅਤੇ ਬੋਲਿਆ ਵੀ ਜਾ ਸਕਦਾ ਹੈ, ਹੰਕਾਰ 'ਤੇ ਲਿਖਿਆ ਜਾ ਸਕਦਾ ਅਤੇ ਬੋਲਿਆ ਵੀ ਜਾ ਸਕਦਾ, ਲੋਭ 'ਤੇ ਲਿਖਿਆ ਜਾ ਸਕਦਾ ਅਤੇ ਬੋਲਿਆ ਵੀ ਜਾ ਸਕਦਾ, ਮੋਹ 'ਤੇ ਲਿਖਿਆ ਵੀ ਜਾ ਸਕਦਾ ਅਤੇ ਬੋਲਿਆ ਜਾ ਸਕਦਾ, ਕਾਮ 'ਤੇ ਕਿਉਂ ਨਹੀਂ ਲਿਖਿਆ ਜਾ ਸਕਦਾ ਅਤੇ ਕਿਉਂ ਨਹੀਂ ਬੋਲਿਆ ਜਾ ਸਕਦਾ, ਇਹ ਉਹਦੀ ਦਲੀਲ ਸੀ। ਆਖਿਰ ਜਦ ਵੀ ਕਿਧਰੇ ਮਨੁੱਖ ਗਿਰਦਾ ਹੈ ਤਾਂ ਉਹਨਾਂ ਪੰਜਾਂ ਕਰਕੇ ਹੀ ਗਿਰਦਾ, ਔਰ ਜਿਸ ਕਰਕੇ ਜ਼ਿਆਦਾ ਗਿਰਦਾ, ਅਧਕ ਗਿਰਦਾ, ਉਹਦੀ ਜਾਣਕਾਰੀ ਮਨੁੱਖ ਨੂੰ ਹੋਣੀ ਚਾਹੀਦੀ, ਹੋਣੀ ਚਾਹੀਦੀ। ਉਹਨੇ ਇਤਨਾ ਵੱਡਾ ਗ੍ਰੰਥ ਲਿਖਿਆ ਕਾਮ ਸੂਤ। ਹੁਣ ਆਪ ਸੁਣ ਕੇ ਹੈਰਾਨ ਹੋਵੋਗੇ, ਉਸਦੇ ਜਿਹੜੇ ਕੁਛ ਪਹਿਲੂ ਦਸਮ ਗ੍ਰੰਥ ਵਿੱਚ ਮਿਲਦੇ ਹਨ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, 24 ਅਵਤਾਰਾਂ ਦੀ ਜੋ ਮੈਂ ਕਥਾ ਲਿਖੀ ਹੈ, ਮੈਂ ਅਨੁਵਾਦ ਕੀਤਾ ਹੈ, ਟੀਕਾ ਕੀਤਾ ਹੈ, ਇਹ ਮੇਰੇ ਆਪਣੇ ਖਿਆਲ ਨਹੀਂ। ਦਸਮ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ, ਅਵਰ ਵਾਸਨਾ ਨਾ ਹੈ ਪ੍ਰਭ ਧਰਮ ਯੁੱਧ ਕੇ ਚਾਹੇ। ਮੇਰੀ ਕੋਈ ਵਾਸ਼ਨਾ ਨਹੀਂ, ਬਸ ਮੈਂ ਤੇ ਧਰਮ ਦਾ ਯੁੱਧ ਕਰਨ ਵਾਲਾ, ਪ੍ਰਭੂ ਨਾਲ ਜੁੜਨ ਅਤੇ ਜੋੜਨ ਵਾਲਾ। ਪਰ ਮੈਂ ਪ੍ਰਾਚੀਨ ਧਰਮ ਗ੍ਰੰਥਾਂ ਦਾ ਇਹ ਟੀਕਾ ਕੀਤਾ ਹੈ, ਅਨੁਵਾਦ ਕੀਤਾ ਹੈ, ਤਾਂ ਕਿ ਮੇਰੇ ਖਾਲਸੇ ਨੂੰ, ਜਗਤ ਨੂੰ ਪੁਰਾਣੇ ਧਰਮ ਦਾ, ਪੁਰਾਣੇ ਸਮਾਜ ਦਾ, ਪੁਰਾਣੇ ਲੋਕਾਚਾਰ ਦਾ ਪਤਾ ਹੋਵੇ, ਗਿਆਨ ਹੋਵੇ। ਸਹਿਨ ਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਗਰਾਇਆ, ਇੱਕ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਮਾ ਕਿ ਪਰਸ ਰਾਮ ਕੌਣ ਸੀ, ਇੰਦਰ ਕੌਣ ਸੀ, ਇਹ ਜਨਮੇਜਾ ਕੌਣ ਸੀ। ਅਜੇ ਸਰੋਵੇ ਬਿਖਿਆ ਖਾਏ, ਐਸੀ ਦਰਗੇ ਮਿਲੇ ਸਜਾਏ, ਇਹ ਸਾਰੇ ਕੌਣ ਸਨ। ਇਹ ਤੇ ਪੁਰਾਣ ਪੜ੍ਹਨੇ ਪੈਣਗੇ, ਪੁਰਾਣਕ ਪ੍ਰਸੰਗ ਪੜ੍ਹਨੇ ਪੈਣਗੇ, ਜਾਣਨਾ ਪਏਗਾ। ਬਹੁਤ ਕੱਚੇ ਦਿਲ ਦਿਮਾਗ ਦੇ ਬੰਦੇ ਹੈ ਸਿੱਖ ਜਗਤ ਵਿੱਚ ਆਪਣੇ ਆਪ ਨੂੰ ਰਹਿਬਰ ਮੰਨਣ ਲੱਗ ਪਏ ਨੇ, ਉਹਦੇ ਨਾਲ ਸਿੱਖ ਧਰਮ ਸੰਕੀਰਣ ਹੋ ਕੇ ਰਹਿ ਗਏ, ਜਦਕਿ ਇਸ ਤੋਂ ਵੱਡਾ ਹੋਰ ਕੋਈ ਵਿਸ਼ਾਲ ਧਰਮ ਨਹੀਂ ਸੀ। ਇਹਦਾ ਸਬੂਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਰੇ ਭਗਤ 'ਤੇ ਬੈਠੇ ਨੇ, ਬਾਂਗ ਦੇਣ ਵਾਲਾ ਵੀ ਬੈਠਾ ਅਤੇ ਮੁਰਲੀ ਦੀ ਤਾਨ ਛੇੜਨ ਵਾਲਾ ਵੀ ਬੈਠਾ, ਸਭ ਕੁਛ ਮੌਜੂਦ ਹੈ। ਖੈਰ ਮੈਂ ਲਮਕਾਵਾਂ ਨਾ। ਸਤਿਗੁਰ ਕਹਿੰਦੇ ਨੇ, ਮੇਰੇ ਖਿਆਲ ਨਹੀਂ ਨੇ,
ਮੈਂ ਟੀਕਾ ਕੀਤਾ, ਅਨੁਵਾਦ ਕੀਤਾ। ਕਿਉਂ? ਬ੍ਰਾਹਮਣ ਸਿਰਫ ਬ੍ਰਾਹਮਣ ਨੂੰ ਪੜਾਉਂਦਾ ਸੀ, ਸ਼ੂਦਰ ਨੂੰ ਨਹੀਂ। ਤੇ ਬ੍ਰਾਹਮਣ ਜਿਹੜੀ ਵਿੱਦਿਆ ਪੜਾਉਂਦਾ ਸੀ ਸੰਸਕ੍ਰਿਤ ਸੀ, ਬੜੀ ਬੇਖਮ। ਉਹ ਹੁਣ ਲੋਕ ਭਾਸ਼ਾ ਨਹੀਂ ਰਹਿ ਗਈ ਸੀ, ਕਿਸੇ ਵਕਤ ਸੀ, ਕਿਸੇ ਵਕਤ ਸਾਰੇ ਸੰਸਕ੍ਰਿਤ ਬੋਲਦੇ ਸਨ। ਸਮਾਂ ਦੇ ਨਾਲ ਭਾਸ਼ਾਵਾਂ ਬਦਲਦੀਆਂ, ਅੱਜ ਪੰਜਾਬੀ ਦਾ ਰੂਪ ਵੀ ਨਹੀਂ ਰਹਿ ਗਿਆ। ਪੰਜਾਬੀ ਦੇ ਵਿੱਚ ਬਹੁਤ ਸਾਰੇ ਅਲਫਾਜ਼ ਹੋਰ ਦੇ ਹੋਰ ਆ ਗਏ, ਇਹ ਵੀ ਮੈਂ ਅਰਜ਼ ਕਰਦੇ ਹਾਂ। ਲਹਿੰਦੀ ਪੰਜਾਬੀ, ਚੜ੍ਹਦੀ ਪੰਜਾਬੀ ਅਲੱਗ ਅਲੱਗ ਹੈ। ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਦੇ ਨੇ, ਸਾਡੀ ਪੰਜਾਬੀ ਨਾਲੋਂ ਭਿੰਨ ਹੋ ਗਈ ਹੈ, ਬਿਲਕੁਲ ਭਿੰਨ ਹੋ ਗਈ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਸ਼੍ਰੋਮਣੀ ਕਮੇਟੀ ਨੇ ਇੱਕ ਦਫ਼ਾ ਦਾਸ ਦੀ ਸੇਵਾ ਲਈ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ 'ਤੇ, ਵੀ ਉੱਥੋਂ ਦੀ ਮੰਗ ਆਈ ਹੈ, TV 'ਤੇ ਪ੍ਰੋਗਰਾਮ ਜਾਣਾ ਹੈ ਪਰ ਉਰਦੂ ਦੇ 'ਚ ਕਥਾ ਕਰਨੀ ਹੈ, ਲੈਕਚਰ ਦੇਣਾ, ਵੀ ਤੁਸੀਂ 3 ਦਿਨ ਗੁਰਦੁਆਰੇ 'ਚ ਉਰਦੂ 'ਚ ਬੋਲਣਾ। ਠੀਕ ਹੈ। ਔਰ ਉਹ ਸੇਵਾ ਮੈਂ ਖੁਸ਼ੀ ਨਾਲ ਕਬੂਲ ਕੀਤੀ। ਮੈਂ ਕਿਹਾ ਬੜੇ ਦਿਨਾਂ ਬਾਅਦ ਸਤਿਗੁਰੂ ਦੇ ਉਸ ਪਾਵਨ ਅਸਥਾਨ ਦੇ ਦਰਸ਼ਨ ਨਸੀਬ ਹੋਣਗੇ। ਬੜਾ ਭਾਰੀ ਇਕੱਠ, ਰਾਏ ਬੁਲਾਰ ਦੀ ਜਿਹੜੀ ਸੰਤਾਨ ਭੱਟੀ ਖਾਨਦਾਨ, ਉਹ ਵੀ ਸਾਰੇ ਬੈਠੇ ਸਨ। ਰਾਤ ਨੂੰ ਵੀ ਦਾਸ ਹਾਜ਼ਰੀ ਭਰਦਾ ਹੁੰਦਾ ਸੀ। ਉਹ ਜਿਹੜੀ ਭੱਟੀ ਖਾਨਦਾਨ ਹੈ ਰਾਏ ਬੁਲਾਰ ਦੀ, ਔਰ ਸਾਰੇ ਉਹ ਕਹਿਣ ਲੱਗੇ ਰਾਤ ਨੂੰ ਤੁਸੀਂ ਪੰਜਾਬੀ 'ਚ ਹੀ ਬੋਲਿਓ। ਇੱਕ ਚੰਗਾ, ਰਾਤ ਨੂੰ ਮੈਂ ਪੰਜਾਬੀ 'ਚ ਬੋਲਿਆ। ਮੇਰੇ ਕਮਰੇ 'ਚੋਂ ਮੁਸਲਮਾਨ ਵੀਰ ਆ ਗਿਆ, ਵੀ ਅਸੀਂ ਤਾਂ ਤੁਹਾਨੂੰ ਹੱਥ ਜੋੜ ਕੇ ਆਖਿਆ ਸੀ, ਅਰਜ਼ੋਈ ਕੀਤੀ ਸੀ ਪੰਜਾਬੀ 'ਚ ਬੋਲੋ, ਤੁਸੀਂ ਪੰਜਾਬੀ 'ਚ ਨਹੀਂ ਬੋਲੇ। ਮੈਂ ਕਹਿੰਦਾ ਮੈਂ ਪੰਜਾਬੀ 'ਚ ਬੋਲਿਆ। ਕਹਿੰਦੇ ਇਹ ਕਿਹੜੀ ਪੰਜਾਬੀ ਹੈ, ਹੁਣ ਉਹ ਲੈਂਦੀ ਪੰਜਾਬੀ ਬੋਲਦੇ, ਇਹ ਕਿਹੜੀ ਪੰਜਾਬੀ? ਕਹਿੰਦੇ ਸਾਡੇ ਬੱਲੇ 'ਤੇ ਨਹੀਂ ਕੁਛ ਪਿਆ। ਮੈਂ ਕਿਹਾ ਠੀਕ ਹੈ, ਫਿਰ ਮੈਂ ਉਰਦੂ 'ਚ ਹੀ ਬੋਲਾਂਗਾ, ਉਰਦੂ 'ਤੇ ਤੁਸੀਂ ਸਮਝ ਲੈਣ, ਲੈਂਦੀ ਪੰਜਾਬੀ, ਭਾਵੇਂ ਲੈਂਦੀ ਪੰਜਾਬੀ ਮੈਂ ਬੋਲ ਸਕਦਾ, ਉਸੇ ਇਲਾਕੇ 'ਚੋਂ ਆਇਆ। ਪਰ ਹੁਣ ਆਇਆ 51 ਸਾਲ ਹੋ ਗਏ, ਲੜਖੜਾ ਸਕਦਾ ਸੀ, ਮੈਂ ਇਸ ਕਰਕੇ ਨਹੀਂ ਬੋਲਿਆ। ਮੈਂ ਕਿਧਰੋਂ ਲਫਜ਼ਾਂ ਦਾ ਬੇਲਫਜ਼ ਮੈਂ ਕਰ ਸਕਦਾ, ਅਸ਼ੁੱਧੀ ਹੋ ਸਕਦੀ ਹੈ। ਤਾਂ ਹੁਣ ਜਿਹੜੀ ਪੰਜਾਬੀ ਮੈਂ ਇਸੇ 'ਚ ਬੋਲਿਆ। ਬੋਲੀਆਂ ਤਾਂ ਬਦਲਦੀਆਂ, ਭਾਸ਼ਾਵਾਂ ਬਦਲਦੀਆਂ ਨੇ। ਸੰਸਕ੍ਰਿਤ ਲੋਕ ਭਾਸ਼ਾ ਨਹੀਂ ਰਹੀ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੋਕ ਭਾਸ਼ਾ ਦੇ 'ਚ, ਬ੍ਰਿਜ ਭਾਸ਼ਾ ਦੇ 'ਚ, ਹਿੰਦੀ ਦੇ 'ਚ ਅਨੁਵਾਦ ਕੀਤਾ ਉਹਨਾਂ ਸਾਰਿਆਂ ਨੂੰ। ਸਿੱਖ ਜਗਤ ਦੇ 'ਚ ਬਿਖਾਦ ਖੜਾ ਹੋ ਗਿਆ, ਇਹ ਗੁਰੂ ਗੋਬਿੰਦ ਸਿੰਘ ਦੇ ਬੋਲ ਨਹੀਂ ਹੋ ਸਕਦੇ। ਹੁਣ ਕੌਣ ਦੱਸੇ? ਕੋਕਾ ਪੰਡਿਤ ਠੀਕ ਕਹਿੰਦਾ, ਜੇ ਕ੍ਰੋਧ ਦੇ ਉਤਾਰ ਚੜਾਅ ਨੂੰ ਬਿਆਨ ਕੀਤਾ ਜਾ ਸਕਦਾ, ਕਿਧਰੇ ਕਿਧਰੇ ਕ੍ਰੋਧ ਮਨੁੱਖ ਨੂੰ ਪਸ਼ੂ ਬਣਾ ਦਿੰਦਾ, ਪਾਗਲ ਕਰ ਦਿੰਦਾ। ਜੇ ਲੋਭ ਦੇ ਉੱਤੇ ਵਿਆਖਿਆ ਕੀਤੀ ਜਾ ਸਕਦੀ ਹੈ, ਤਾਂ ਸਾਹਿਬ ਕਹਿੰਦੇ ਨੇ ਲੋਭ ਤੇ ਮਨੁੱਖ ਨੂੰ ਕੋਕਰ ਜੈਸਾ ਬਣਾ ਦਿੰਦਾ, ਕੁੱਤੇ ਜੈਸਾ ਬਣਾ ਦਿੰਦਾ। ਜਿਉਂ ਕੂਕਰ ਹਰਕਾਇਆ ਧਾਵੇ ਦੇ ਦਿਸ ਜਾਏ, ਲੋਭੀ ਜੰਤ ਨਾ ਜਾਣੇ ਭਾਖਾ ਬਖ ਸਭ ਖਾਏ, ਭਇਓ ਲੋਭ ਸੰਗ ਹੋਰਾ। ਲੋਭ ਮਨੁੱਖ ਨੂੰ ਹਲਕਾਇਆ ਕੁੱਤਾ ਬਣਾ ਦਿੰਦਾ, ਹਲਕਾ ਕੁੱਤਾ ਆਪਣੇ ਮਾਲਕ ਨੂੰ ਵੀ ਵੱਢਣ ਲੱਗ ਪੈਂਦਾ, ਪਾਗਲ ਕੁੱਤਾ। ਲੋਭ ਤੇ ਪਾਗਲ ਕਰਕੇ ਰੱਖ ਦਿੰਦਾ, ਸੀਮਾ ਤੋਂ ਵਧਿਆ ਹੋਇਆ ਲੋਭ ਮਨੁੱਖ ਕਿਸੇ ਨੂੰ ਵੀ ਧੋਖਾ ਦੇ ਸਕਦਾ। ਸੀਮਾ ਤੋਂ ਵਧਿਆ ਹੋਇਆ ਹੰਕਾਰ ਮਨੁੱਖ ਨੂੰ ਜ਼ਾਲਮ ਬਣਾ ਕੇ ਰੱਖ ਦਿੰਦਾ, ਔਰ ਸੀਮਾ ਤੋਂ ਵਧਿਆ ਹੋਇਆ ਕਾਮ ਮਨੁੱਖ ਨੂੰ ਭ੍ਰਸ਼ਟ ਕਰਕੇ ਦੁਰਾਚਾਰੀ ਬਣਾ ਦਿੰਦਾ। ਅਗਰ ਪੁਰਸ਼ ਹੈ ਤਾਂ ਵਿਭਿਚਾਰੀ ਹੋ ਜਾਏਗਾ, ਅਗਰ ਇਸਤਰੀ ਹੈ ਤਾਂ ਗਨਕਾ ਹੋ ਜਾਏਗੀ, ਵੈਸ਼ਿਆ ਹੋ ਜਾਏ।
ਗੁਸਤਾਖੀ ਮਾਣੋ। ਇਸ ਦਾ ਖੁਲਾਸਾ ਕੀਤਾ, ਇਸ ਦੀ ਵਿਆਖਿਆ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਰ ਵਿੱਚ ਫਰਮਾਨ ਕਰਦੇ ਨੇ, ਹੇ ਪ੍ਰਭੂ ਕਹੋਂ ਗੀਤ ਕੇ ਗਵਈਆ, ਕਹੋਂ ਬੇਨ ਕੇ ਵਜਈਆ, ਕਹੋਂ ਨਿਰਤ ਕੇ ਨਚਈਆ, ਕਹੋਂ ਨਰਕੋ ਆਕਾਰੋ, ਕਹੋਂ ਬੇਦ ਬਾਣੀ। ਕਿਧਰੇ ਤੇ ਤੂੰ ਵੇਦਾਂ ਦਾ ਪਾਠ ਪਿਆ ਕਰਦਾ, ਗਿਆਨ ਦੇ ਧਰਮ ਗ੍ਰੰਥ ਪਿਆ ਪੜ੍ਹਦਾ, ਕਹੋਂ ਕੋਕ ਕੀ ਕਹਾਣੀ, ਕਿਧਰੇ ਕੋਕ ਸ਼ਾਸਤਰ ਪਿਆ ਪੜ੍ਹਦਾ, ਕਾਮਸੂਤਰ ਪਿਆ ਪੜ੍ਹਦਾ, ਕਾਮਸੂਤਰ ਦੇ ਵਿਚਾਰ ਚੱਲ ਰਹੀ ਹੈ, ਕਿਧਰੇ ਰਾਮ ਦੇ ਗੀਤ ਤੇ ਕਿਧਰੇ ਕਾਮ ਦੇ ਗੀਤ। ਪਰ ਤੂੰ ਹੀ ਹੈ ਹੇ ਪ੍ਰਭੂ, ਤੂੰ ਹੀ ਹੈ। ਕਹੋਂ ਬੇਦਬਾਨੀ, ਕਹੋਂ ਕੋਕ ਕੀ ਕਹਾਣੀ, ਕਹੋਂ ਰਾਜਾ ਕਹੋਂ ਰਾਣੀ, ਕਹੋਂ ਨਾਰ ਕੇ ਪ੍ਰਕਾਰ ਹੋ, ਕਹੋਂ ਬੇਨ ਕੇ ਬਜਈਆ, ਕਹੋਂ ਦੇਨ ਕੇ ਚਰਈਆ। ਕਿਧਰੇ ਗਊਆਂ ਪਿਆ ਚਾਰਦਾ, ਸ਼੍ਰੀ ਕ੍ਰਿਸ਼ਨ ਦੀ ਤਰਫ ਇਸ਼ਾਰਾ, ਦੁਆਪਰ ਦੇ ਸਤਿਗੁਰਾਂ ਦੀ ਸੁਰਤ ਚਲੀ ਗਈ। ਕਹੋਂ ਬੇਨ ਕੇ ਬਜਈਆ, ਕਹੋਂ ਦੇਨ ਕੇ ਚਰਈਆ, ਕਹੋਂ ਲਾਖਨ ਲਵਈਆ, ਕਹੋਂ ਸੁੰਦਰ ਕੁਮਾਰ ਹੋ, ਸੁਧਤਾ ਕੀ ਸਾਨ ਹੋ, ਕੇ ਸੰਤਨ ਕੇ ਪ੍ਰਾਨ ਹੋ, ਕੇ ਦਾਤਾ ਮਹਾਦਾਨ ਹੋ, ਨਿਰਦੋਖੀ ਨਿਰੰਕਾਰ। ਇਹ ਪ੍ਰਭੂ ਨਿਰੰਕਾਰ, ਤੇਰੇ ਇਤਨੇ ਰੂਪ, ਇਤਨੇ ਰੂਪ। ਹੁਣ ਇਸ ਸਵਈਏ ਮੈਂ ਤੁਹਾਨੂੰ ਸੁਣਾਉਂਦਾ ਜਾਵਾਂ ਤੇ ਮੈਂ ਸਾਰੀ ਰਾਤ ਲੰਘ ਜਾਏਗੀ, ਮੁਕਤਸਰ ਮੈਂ ਅਰਜ਼ ਕਰਨ ਸਮਾਪਤੀ ਕਰਾਂ। ਇਹ ਸਾਰੇ ਰੂਪ ਕਲਗੀਧਰ ਪਾਤਸ਼ਾਹ ਬਿਆਨ ਕਰ ਦੇਣ। ਅੱਜ ਤੱਕ ਤੇ ਆਖਿਆ ਗਿਆ ਪਰਮਾਤਮਾ ਪ੍ਰਕਾਸ਼ ਰੂਪ ਹੈ, ਪ੍ਰਕਾਸ਼ ਰੂਪ ਹੈ, ਪਰ ਜਾਪ ਸਾਹਿਬ ਵਿੱਚ ਮਹਾਰਾਜ ਕਹਿੰਦੇ ਨਮੋ ਅੰਧਕਾਰ ਏ ਨਮੋ ਤੁਇਜ ਤੇਜੇ। ਇਹ ਪ੍ਰਕਾਸ਼ ਦੇ ਰੂਪ ਪਰਮਾਤਮਾ ਤੈਨੂੰ ਨਮਸਕਾਰ ਕਰਦਾ, ਪਰ ਅੰਧੇਰਾ ਵੀ ਤੇਰੀ ਸ਼ਕਤੀ ਤੋਂ ਬਿਨਾਂ ਨਹੀਂ ਹੋ ਸਕਦਾ। ਮੈਂ ਇਸ ਨੂੰ ਵੀ ਮੱਥਾ ਟੇਕਦਾ, ਨਮਸਕਾਰ। ਇਤਨੀ ਸਮਦ੍ਰਿਸ਼ਟੀ। ਜਦ ਵੀ ਕਿਸੇ ਦਾ ਸੁਣਿਆ ਹੋਇਆ ਭਰੋਸਾ ਬਣਦਾ ਹੈ ਤੇ ਭਰੋਸਾ ਭਾਵਨਾ ਬਣ ਜਾਂਦਾ, ਭਗਤੀ ਬਣ ਜਾਂਦਾ, ਉਹ ਸਮਦ੍ਰਿਸ਼ਟ ਹੋ ਜਾਂਦਾ। ਚਾਹੇ ਹਿੰਦੂ ਹੋਵੇ, ਚਾਹੇ ਮੁਸਲਿਮ ਹੋਵੇ, ਚਾਹੇ ਸਿੱਖ ਹੋਵੇ, ਸਮਦ੍ਰਿਸ਼ਟ ਹੋ ਜਾਏਗਾ। ਬ੍ਰਹਮ ਗਿਆਨੀ ਉਹਦੀ ਦ੍ਰਿਸ਼ਟੀ ਸਮਦ੍ਰਿਸ਼ਟ ਹੋ ਜਾਂਦੀ ਹੈ। ਬ੍ਰਹਮ ਗਿਆਨੀ ਸਦਾ ਸਮਦ੍ਰਿਸ਼ਟ, ਬ੍ਰਹਮ ਗਿਆਨੀ ਕੀ ਅੰਮ੍ਰਿਤ ਦ੍ਰਿਸ਼ਟ, ਉਹ ਵਾਸਤਵਿਕ ਸਮਦ੍ਰਿਸ਼ਟ ਹੋ ਜਾਂਦਾ, ਸਾਰਿਆਂ ਨੂੰ ਇੱਕੋ ਜਿਹਾ ਸਮ ਬਰਾਬਰ ਬਰਾਬਰ ਕਰਕੇ ਦੇਖਣ ਲੱਗ ਪੈਂਦਾ। ਇਸੇ ਤਰੀਕੇ ਨਾਲ ਇੱਕ ਮੁਸਲਿਮ ਫਕੀਰ ਅਮੀਰ ਖੁਸਰੋ ਇੰਜ ਬਿਆਨ ਕਰ ਦਿੰਦਾ, ਬੇਖੁਦੀ ਮੈਂ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ ਹੈ, ਅਬ ਖੁਦਾ ਜਾਣੇ ਵੋ ਕਾਬਾ ਥਾ ਯਾ ਬੁਤਖਾਨਾ। ਇਹ ਪ੍ਰਭੂ ਹੁਣੇ ਤੂੰ ਆਪ ਫੈਸਲਾ ਕਰੋ, ਮੰਦਰ ਸੀ ਕਿ ਮਸਜਿਦ ਸੀ, ਤੇਰੇ ਗੀਤ ਹੋ ਰਹੇ ਸਨ, ਤੇਰੀ ਗੱਲ ਹੋ ਰਹੀ ਸੀ, ਮੇਰਾ ਸਿਰ ਝੁਕ ਗਿਆ, ਮੈਂ ਮੱਥਾ ਟੇਕ ਦਿੱਤਾ, ਮੈਂ ਸਜਦਾ ਕਰ ਦਿੱਤਾ। ਬੇਖੁਦੀ ਮੈਂ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ, ਅਬ ਖੁਦਾ ਜਾਣੇ ਵੋ ਕਾਬਾ ਥਾ ਯਾ ਬੁਤਖਾਨਾ। ਇਹ ਰਿਸ਼ੀਆਂ ਨਾਲੋਂ ਘੱਟ ਗੱਲ ਨਹੀਂ ਹੈ, ਬ੍ਰਹਮ ਗਿਆਨ ਦੀ ਸ਼ਿਖਰਤਾ ਨੂੰ ਛੂੰਹਦੀ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਕਸਰ ਭਰੋਸਾ ਡੋਲ ਜਾਂਦਾ, ਇਸ ਵਾਸਤੇ ਅਰਦਾਸ ਹੈ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਅਵਲ ਤੇ ਕੋਈ ਵਿਰਲਾ ਹੀ ਸੁਣਦਾ, ਸਰੋਤਾ ਸੁਣ, ਤੇ ਸੁਣਿਆ ਹੋਇਆ ਅਗਰ ਵਾਕਈ ਮਨ ਨੇ ਮੰਨ ਲਿਆ, ਸੁਣੀਏ ਮੰਨੀਏ, ਨਹੀਂ ਤੇ ਕੀ ਸੁਣਿਆ, ਮੰਨਿਆ ਨਹੀਂ ਤੇ ਕੀ ਸੁਣਿਆ। ਮੈਂ ਇੱਕ ਦਫ਼ਾ ਫਿਰ ਦੁਹਰਾਵਾਂ, ਖਾਧਾ ਹੋਇਆ ਭੋਜਨ ਜੋ ਸਰੀਰ ਦੇ ਵਿੱਚ ਰਹਿ ਜਾਂਦਾ ਉਹੀ ਖੂਨ ਬਣਦਾ, ਸੁਣਿਆ ਹੋਇਆ ਗੁਰੂ ਦਾ ਬਚਨ ਜੋ ਮਨ ਮੰਨ ਲੈਂਦਾ ਉਹੀ ਮਨ ਦਾ ਹਿੱਸਾ ਬਣਦਾ, ਵਰਨਾ ਨਹੀਂ ਬਣਦਾ, ਨਹੀਂ ਬਣਦਾ।
ਉਹ ਭਰੋਸਾ ਬਣ ਜਾਂਦਾ, ਵਿਸ਼ਵਾਸ ਬਣ ਜਾਂਦਾ। ਪਰ ਇਹ ਮਨੁੱਖ ਖਤਰੇ 'ਚ ਹੋਵੇਗਾ, ਭਰੋਸਾ ਡੋਲ ਸਕਦਾ, ਵਿਸ਼ਵਾਸ ਡੋਲ ਸਕਦਾ। ਸੁਣਦਾ ਰਿਹਾ, ਮੰਨਦਾ ਰਿਹਾ ਅਤੇ ਭਰੋਸਾ ਵੱਧਦਾ ਗਿਆ ਵੱਧਦਾ ਗਿਆ। ਅਗਰ ਇਹ ਭਾਵਨਾ ਬਣ ਗਿਆ, ਭਗਤੀ ਬਣ ਗਿਆ, ਹੁਣ ਇਹਦੇ ਸਰੀਰ ਦੇ ਟੁਕੜੇ ਟੁਕੜੇ ਤਾਂ ਹੋ ਸਕਦੇ ਨੇ, ਇਹਦਾ ਭਰੋਸਾ ਨਹੀਂ ਡੋਲੇਗਾ। ਇਹ ਕੁਰਬਾਨ ਹੋ ਸਕਦਾ, ਸਦਕੇ ਹੋ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਭਗਤ ਸਭ ਤੋਂ ਸ਼ਿਖਰ ਤੇ, ਭਗਤ ਸਭ ਤੋਂ ਉੱਚਾ ਹੈ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਸੁਣਦਿਆਂ ਸੁਣਦਿਆਂ ਸਾਡੀ ਇਹ ਅਵਸਥਾ ਬਣਾਉਣ। ਸਮਾਂ ਕੁਝ ਮੈਂ ਜ਼ਿਆਦਾ ਲੈ ਗਿਆ, ਖਿਮਾ ਕਰਨੇ। ਕੱਲ੍ਹ ਜਿਵੇਂ ਕੁਝ ਸਤਿਗੁਰਦੇਵ ਜੀ ਨੇ ਬੁਲਾਇਆ, ਆਖਰੀ ਇਸ ਦੌਰ ਦੀ ਹਾਜ਼ਰੀ, ਦਸ ਨੇ ਤਿੰਨ ਦਿਨ ਲੌਂਗ ਆਈਲੈਂਡ ਹਾਜ਼ਰੀ ਭਰਨੀ ਹੈ ਅਤੇ ਫਿਰ ਵਾਪਸੀ ਦੀਆਂ ਤਿਆਰੀਆਂ ਨੇ। ਇਸ ਵਾਸਤੇ ਕੱਲ੍ਹ ਦੀ ਹਾਜ਼ਰੀ ਹੋਰ, ਜੋ ਕੁਛ ਸਰਵਨ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬਿਨੇ ਹੈ, ਸਤਿਗੁਰੂ ਤੁਹਾਡਾ ਸੁਣਿਆ ਹੋਇਆ ਮੰਨਣ ਤੱਕ ਪਹੁੰਚਾਵੇ। ਮੰਨਣਾ ਦ੍ਰਿੜ ਭਰੋਸਾ ਬਣ ਜਾਏ, ਵਿਸ਼ਵਾਸ ਬਣ ਜਾਏ ਅਤੇ ਵਿਸ਼ਵਾਸ ਭਗਤੀ ਬਣ ਜਾਏ, ਭਾਵਨਾ ਬਣ ਜਾਏ। ਸੁਣੀਏ ਮੰਨੀਏ, ਮਨ ਕੀਤਾ ਭਾਉ, ਅੰਤਰਗਤ ਤੀਰਥ ਮੱਲਾਓ, ਇਹੀ ਅੰਦਰ ਦਾ ਤੀਰਥ ਹੈ, ਸਾਰੇ ਪਾਪਾਂ ਨੂੰ ਡੋਲ ਦਿੰਦਾ। ਮਾਘ ਪੁਨੀਤ ਬਈ ਤੀਰਥ ਅੰਦਰ ਜਾਣਿਆ, ਇਹੀ ਅੰਦਰ ਦਾ ਤੀਰਥ ਹੈ, ਸਾਰੇ ਦੁੱਖ ਮਿਟ ਜਾਂਦੇ ਨੇ, ਸਾਰੇ ਪਾਪ ਮਿਟ ਜਾਂਦੇ ਨੇ। ਸਾਹਿਬ ਇਸ ਤਰ੍ਹਾਂ ਦੀ ਨਿਰਮਲਤਾ, ਪਵਿੱਤਰਤਾ ਅਤੇ ਆਨੰਦ ਆਪ ਜੀ ਦੀ ਝੋਲੀ 'ਚ ਪਾਵਨ। ਕੱਲ੍ਹ ਦੀ ਹਾਜ਼ਰੀ ਭਰ ਕੇ ਆਪ ਤੋਂ ਛੁੱਟੀਆਂ, ਬਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ,